ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਜਿਸ ਤਰ੍ਹਾਂ ਇੱਕ ਆਪਾਂ ਵੀਡੀਓ ਲੜੀ ਸ਼ੁਰੂ ਕੀਤੀ ਸੀਗੀ ਕਿ ਸਿੱਖੀ ਦੇ ਵਿੱਚ ਪੁਜਾਰੀਵਾਦ ਨੇ ਕਿਵੇਂ ਘੁਸਪੈਠ ਕੀਤੀ ਅਤੇ ਫਿਰ ਕਿੱਦਾਂ ਹੌਲੀ ਹੌਲੀ ਸਿੱਖੀ ਦੇ ਉੱਤੇ ਕਬਜ਼ਾ ਕਰ ਲਿਆ, ਅਤੇ ਉਹਦੇ ਬਾਰੇ ਆਪਾਂ ਕੰਟੀਨਿਊ ਡਿਸਕਸ਼ਨ ਕਰ ਰਹੇ ਹਾਂ। ਅਤੇ ਜਿਹੜੀ ਤੀਜਾ ਪਾਰਟ ਸੀਗਾ ਵੀਡੀਓ ਦਾ, ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਚਾਰਧਾਰਾ ਆ ਉਹਦੇ ਬਾਰੇ ਆਪਾਂ ਕੀਤੀ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣਾ ਮਿਸ਼ਨ ਸ਼ੁਰੂ ਕੀਤਾ ਅਤੇ ਉਹਦੇ ਵਿੱਚ ਉਹਨਾਂ ਨੇ ਜੋ ਸਮਾਜ ਦੇ ਵਿੱਚ ਗਲਤ ਹੋ ਰਿਹਾ ਸੀਗਾ, ਜੋ ਧਰਮਾਂ ਦੇ ਵਿੱਚ ਗਲਤ ਹੋ ਰਿਹਾ ਸੀਗਾ, ਜੋ ਪੋਲੀਟਿਕਸ ਦੇ ਵਿੱਚ ਗਲਤ ਹੋ ਰਿਹਾ ਸੀਗਾ, ਉਹਨਾਂ ਦੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਗੁਰਬਾਣੀ ਰਾਹੀਂ ਕਵਿਤਾ ਰੂਪ ਦੇ ਵਿੱਚ। ਅਤੇ ਫਿਰ ਉਹਨਾਂ ਨੇ ਉਹ ਵਿਚਾਰ ਸਿਰਫ ਨਨਕਾਣਾ ਸਾਹਿਬ ਜਾਂ ਕਰਤਾਰਪੁਰ ਸਾਹਿਬ ਜਾਂ ਸੁਲਤਾਨਪੁਰ ਬਹਿ ਕੇ ਨਹੀਂ ਦਿੱਤੇ, ਉਹਨਾਂ ਨੇ ਜਿੱਥੇ ਵੀ ਉਹ ਵੱਧ ਤੋਂ ਵੱਧ ਜਾ ਸਕੇ ਆਪਣੇ ਜੀਵਨ ਦਾ 20-25 ਸਾਲ ਦਾ ਸਮਾਂ ਜਿਹੜਾ ਆ ਉਹ ਦੁਨੀਆ 'ਚ ਘੁੰਮਦੇ ਰਹੇ, ਸਾਊਥ ਏਸ਼ੀਆ ਦੇ ਵਿੱਚ ਅਰਬ ਤੱਕ ਗਏ ਉਹ, ਈਵਨ ਵੈਸਟ ਦੇ ਕੁਛ ਪੋਰਸ਼ਨ ਦੇ ਵਿੱਚ ਵੀ ਗਏ ਉਹ। ਅਤੇ ਹੁਣ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਆਪਾਂ ਕੱਲ੍ਹ ਜਿਹੜੀ ਪਿਛਲੀ ਵੀਡੀਓ 'ਚ ਦੇਖੀ ਸੀ ਉਹਦੇ ਵਿੱਚ ਤੋਂ ਪਤਾ ਲੱਗਦਾ ਵੀ ਉਹਨਾਂ ਦੇ ਮਨ ਦੇ ਵਿੱਚ ਜਿੱਥੇ ਮਨੁੱਖਤਾ ਦਾ ਜਿਹੜਾ ਪਿਆਰ ਆ, ਮਨੁੱਖਤਾ ਦੇ ਪ੍ਰਤੀ ਜਿਹੜਾ ਪਿਆਰ ਆ, ਉਹ ਬਹੁਤ ਡੂੰਘਾ ਅਤੇ ਸਪੱਸ਼ਟ ਦਿਖਦਾ। ਅਤੇ ਉਹਨਾਂ ਦੇ ਮਨ ਦੇ ਵਿੱਚ ਜੋ ਮਨੁੱਖ ਦੇ ਨਾਲ ਸਮਾਜ ਦੇ ਵਿੱਚ ਧਰਮਾਂ ਵੱਲੋਂ ਜਾਂ ਸਮਾਜ ਦੇ ਠੇਕੇਦਾਰਾਂ ਵੱਲੋਂ ਜਾਂ ਮੌਕੇ ਦੇ ਹਾਕਮਾਂ ਵੱਲੋਂ ਜੋ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ, ਜੋ ਜ਼ੁਲਮ ਕੀਤਾ ਜਾ ਰਿਹਾ, ਤਾਂ ਜਾਂ ਜਿਹੜਾ ਇੱਕ ਅਣਬਰਾਬਰੀ ਵਾਲਾ ਸਮਾਜ ਆ ਜਿਹਦੇ ਵਿੱਚ ਕੋਈ ਪੈਸੇ ਕਰਕੇ ਤਕੜਾ ਜਿਹੜਾ ਗਰੀਬ ਆ ਉਹਨੂੰ ਦਵਾ ਰਿਹਾ, ਕਿਸੇ ਕੋਲ ਰਾਜਨੀਤਿਕ ਤਾਕਤ ਆ ਉਹ ਤਾਂ ਜਿਹਦੇ ਕੋਲ ਨਹੀਂ ਹੈਗੀ ਉਹਨੂੰ ਦਵਾ ਰਿਹਾ, ਅਤੇ ਜਾਂ ਜਿਹਦੇ ਕੋਲ ਧਰਮ ਦੀ ਤਾਕਤ ਆ ਉਹ ਦੂਜੇ ਨੂੰ ਗੁਲਾਮ ਬਣਾ ਰਿਹਾ। ਅਤੇ ਉਹ ਗੁਰੂ ਨਾਨਕ ਸਾਹਿਬ ਇੱਕ ਅਜਿਹਾ ਸਮਾਜ ਸਿਰਜਣਾ ਚਾਹੁੰਦੇ ਸੀਗੇ ਜਾਂ ਇੱਕ ਅਜਿਹੇ ਸਮਾਜ ਦੀ ਕਲਪਨਾ ਦਾ ਸੰਕਲਪ ਉਹਨਾਂ ਕੋਲ ਸੀ ਜਿਹਦੇ ਵਿੱਚ ਉਹ ਬਰਾਬਰਤਾ ਸਾਰਿਆਂ ਦੇ ਨਾਲ ਹੋਵੇ, ਸਾਰੇ ਏਕ ਪਿਤਾ ਏਕ ਸਕੇ ਹਮ ਬਾਰਕ ਵਾਲੀ ਭਾਵਨਾ ਸੀਗੀ ਉਹਨਾਂ ਦੀ। ਅਤੇ ਜਿਹੜਾ ਵੀ ਉਹਨਾਂ ਨੂੰ ਗਲਤ ਲੱਗਦਾ ਸੀਗਾ ਫਿਰ ਉਹ ਡਰਦੇ ਨਹੀਂ ਸੀਗੇ, ਵੀ ਉਹ ਸਟਰੋਂਗਲੀ ਉਹਨਾਂ 'ਤੇ ਕਮੈਂਟ ਕਰਦੇ ਸੀ, ਜਾ ਕੇ ਉਹਨਾਂ ਨਾਲ ਡਿਸਕਸ਼ਨਾਂ ਕਰਦੇ ਸੀਗੇ, ਉਹਨਾਂ ਨੂੰ ਚੈਲੇਂਜ ਕਰਦੇ ਸੀ। ਅਤੇ ਆਪਾਂ ਉਹਨਾਂ ਦੀ ਬਾਣੀ 'ਚ ਪਿਛਲੀ ਵੀਡੀਓ 'ਚ ਦੇਖ ਲਿਆ ਵੀ ਕਿੰਨਾ ਸਟਰੋਂਗ ਉਹਨਾਂ ਨੇ ਮੈਸੇਜ ਦਿੱਤਾ। ਅਤੇ ਜਦੋਂ ਉਹ ਇੰਨਾ ਸਟਰੋਂਗ ਮੈਸੇਜ ਦੇ ਰਹੇ ਸੀਗੇ ਤਾਂ ਉਹਨਾਂ ਨੂੰ ਕਿਸੇ ਨੇ ਵੀ ਬਰਦਾਸ਼ਤ ਨਹੀਂ ਕਰਨਾ ਸੀਗਾ, ਅਤੇ ਖਾਸ ਕਰ ਜਿਹੜੀਆਂ ਸਥਾਪਿਤ ਧਿਰਾਂ ਹੁੰਦੀਆਂ ਕਿਸੇ ਵੀ ਭਾਵੇਂ ਉਹ ਸਮਾਜ 'ਚ ਹੋਣ, ਧਰਮ 'ਚ ਹੋਣ, ਰਾਜਨੀਤੀ 'ਚ ਹੋਣ, ਸਰਮਾਏਦਾਰੀ 'ਚ ਹੋਣ, ਕਿਤੇ ਵੀ ਹੋਣ, ਅਤੇ ਜਿਹਦੇ ਜਿਹਦੀ ਚੌਧਰ ਬਣੀ ਹੋ ਆ, ਜਿਹਦਾ ਕਬਜ਼ਾ ਬਣਿਆ ਆ, ਜਿਹਦੀ ਸਰਦਾਰੀ ਚੱਲਦੀ ਆ, ਅਤੇ ਉਹ ਛੇਤੀ ਕਿਤੇ ਕਬਜ਼ਾ ਛੱਡਦਾ ਨਹੀਂ। ਅਤੇ ਜਿੱਦਾਂ ਜਿੱਦਾਂ ਗੁਰੂ ਨਾਨਕ ਸਾਹਿਬ ਆਪਣਾ ਮਿਸ਼ਨ ਸਪੱਸ਼ਟ ਕਰ ਦੇਗਾ, ਸਾਰਿਆਂ ਨਾਲ ਟੱਕਰ ਲੈਣੀ ਸ਼ੁਰੂ ਕਰ ਦਿੱਤੀ, ਅਤੇ ਨਾਲ ਦੀ ਨਾਲ ਉਹਨਾਂ ਦੇ ਬੇਸ਼ੱਕ ਉਹਨਾਂ ਦੇ ਸਾਥ ਦੇਣ ਵਾਲੇ ਵੀ, ਉਹਨਾਂ ਦੇ ਹੱਕ 'ਚ ਖੜਨ ਵਾਲੇ ਵੀ ਉਹਨਾਂ ਦੇ ਨਾਲ ਜੁੜਦੇ ਗਏ, ਪਰ ਦੂਜੇ ਪਾਸੇ ਇੱਕ ਵਿਰੋਧੀ ਧਿਰ ਵੀ ਉਹਨਾਂ ਦੇ ਖਿਲਾਫ ਖੜੀ ਹੁੰਦੀ ਰਹੀ। ਉਹ ਬੇਸ਼ੱਕ ਇਸਲਾਮ ਦੇ ਕਾਜੀ ਮੁੱਲਾ ਮਲਾਣੇ ਹੋਣ, ਚਾਹੇ ਹਿੰਦੂ ਧਰਮ ਦੇ
ਜਿਹੜੇ ਬ੍ਰਾਹਮਣ ਪੁਜਾਰੀ ਹੋਣ, ਚਾਹੇ ਜੋਗੀ ਸੰਨਿਆਸੀ ਹੋਣ ਜਾਂ ਪਖੰਡੀ ਸਾਧ ਹੋਣ। ਅਤੇ ਇਸੇ ਤਰ੍ਹਾਂ ਮੰਨ ਲਓ ਜੇ ਆਪਾਂ ਮਲਕ ਭਾਗੋ ਦੀ ਗੱਲ ਆਉਂਦੀ ਤਾਂ ਉਸ ਤਰ੍ਹਾਂ ਦੇ ਜਿਹੜੇ ਸਰਮਾਏਦਾਰ ਲੋਕ ਆ ਉਹ ਵੀ ਉਹਨਾਂ ਦੇ ਖਿਲਾਫ ਲਾਮਬੰਦ ਹੋਣੇ ਸ਼ੁਰੂ ਹੋ ਗਏ ਅਤੇ ਰਾਜਨੀਤਿਕ ਲੋਕਾਂ ਕੋਲ ਸ਼ਿਕਾਇਤਾਂ ਪਹੁੰਚਣੀਆਂ ਵੀ ਸ਼ੁਰੂ ਹੋ ਗਈਆਂ ਸੀਗੀਆਂ ਉਹਨਾਂ ਦੇ ਸਮੇਂ 'ਤੇ। ਅਤੇ ਆਪਾਂ ਨੂੰ ਪਤਾ ਵੀ ਬਾਬਰ ਦੀ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਜਾਣਾ ਪਿਆ। ਅਤੇ ਹੁਣ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਅਤੇ ਜਦੋਂ ਗੁਰੂ ਨਾਨਕ ਸਾਹਿਬ ਵਾਪਸ ਕਰਤਾਰਪੁਰ ਸਾਹਿਬ ਆ ਗਏ ਅਤੇ ਉੱਥੇ ਆ ਕੇ ਫਿਰ ਉਹਨਾਂ ਨੇ ਆਪਣੀ ਬਾਣੀ ਨੂੰ ਲਿਖਿਆ ਅਤੇ ਜਿਹੜੀ ਬਾਣੀ ਉਹਨਾਂ ਨੇ ਆਪਣੇ ਪ੍ਰਚਾਰ ਦੌਰਿਆਂ ਉਦਾਸੀਆਂ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਕਲੈਕਟ ਕੀਤੀ ਸੀ ਸਾਰੇ ਭਗਤਾਂ ਦੀ, ਉਹਨਾਂ ਨੂੰ ਵੀ ਕਲਮਬੰਦ ਜ਼ਰੂਰ ਕੀਤਾ ਹੋਊਗਾ, ਕੀਤਾ ਮੇਰੇ ਖਿਆਲ। ਜੇ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੀ ਕਿਤਾਬ ਆਦਿ ਬੀੜਾਂ ਬਾਰੇ ਪੜ੍ਹੋ ਤਾਂ ਉਹ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਉਹਨਾਂ ਦੇ ਕੋਲ ਬਾਣੀ ਸੀਗੀ ਸਾਰੇ ਭਗਤਾਂ ਦੀ ਉਸ ਵੇਲੇ। ਤਾਂ ਇਹ ਉਹ ਖਜ਼ਾਨਾ ਸੀ ਜਿਹੜਾ ਬਾਅਦ ਵਿੱਚ ਜਦੋਂ ਗੁਰੂ ਅੰਗਦ ਸਾਹਿਬ ਨੂੰ ਅੱਗੇ ਉਹਨੇ ਮਿਸ਼ਨ ਤੋਰਿਆ ਅੱਗੇ ਉਹਨਾਂ ਦੇ ਰਾਹੀਂ ਅਤੇ ਉਹਨਾਂ ਨੇ ਦਿੱਤਾ ਉਹ। ਅਤੇ ਹੁਣ ਕਿੱਦਾਂ ਪੁਜਾਰੀਵਾਦ ਨੇ ਕਬਜ਼ਾ ਕੀਤਾ, ਆਪਾਂ ਮੇਨ ਇਸ ਗੱਲ 'ਤੇ ਗੱਲ ਕਰਨੀ ਆ। ਅਤੇ ਉਹ ਹੈਗੀ ਆ ਕਿ ਪਿਛਲੀ ਵੀਡੀਓ 'ਚ ਆਪਾਂ ਥੋੜ੍ਹੀ ਜਿਹੀ ਗੱਲ ਕੀਤੀ ਸੀ ਜਦੋਂ ਗੁਰੂ ਨਾਨਕ ਸਾਹਿਬ ਬਹੁਤ 20-25 ਸਾਲ ਘਰੋਂ ਬਾਹਰ ਘੁੰਮਦੇ ਫਿਰਦੇ ਰਹੇ, ਆਪਣੇ ਮਿਸ਼ਨ ਦੀ ਗੱਲ ਕਰਦੇ ਰਹੇ। ਅਤੇ ਉਸ ਪੀਰੀਅਡ 'ਚ ਜਿਹੜਾ ਵਿਰੋਧੀ ਧਿਰ ਆ ਬ੍ਰਾਹਮਣ ਆ, ਖਾਸ ਕਰ ਉਸ ਵੇਲੇ ਪੰਡਿਤ ਪੁਜਾਰੀ ਆ ਜਿਹਨੂੰ ਸਭ ਤੋਂ ਵੱਧ ਖਤਰਾ ਸੀਗਾ, ਅਤੇ ਉਹਨੇ ਗੁਰੂ ਨਾਨਕ ਸਾਹਿਬ ਦੇ ਜਿਹੜਾ ਵੱਡਾ ਲੜਕਾ ਸ਼੍ਰੀ ਚੰਦ ਆ ਉਹਨੂੰ ਆਪਣੇ ਕਾਬੂ ਕਰ ਲਿਆ, ਜਾਂ ਉਹਨੂੰ ਕਹਿ ਲਓ ਵੀ ਆਪਣੀ ਵਿਚਾਰਧਾਰਾ ਤੋਂ ਕਨਵਿੰਸ ਕਰ ਲਿਆ। ਅਤੇ ਉਹਨਾਂ ਨੇ ਇੱਕ ਨਾਲ ਪੈਰਲਲ ਮਿਸ਼ਨ ਸ਼ੁਰੂ ਕਰਤਾ ਜਿਹਨੂੰ ਅੱਜ ਆਪਾਂ ਉਦਾਸੀ ਮਤ ਕਹਿੰਦੇ ਹਾਂ। ਅਤੇ ਹੁਣ ਜਦੋਂ ਗੁਰੂ ਨਾਨਕ ਸਾਹਿਬ ਦਾ ਆਖਰੀ ਸਮਾਂ ਆਉਂਦਾ ਅਤੇ ਗੁਰੂ ਅੰਗਦ ਸਾਹਿਬ ਨੂੰ ਉਹ ਸੇਵਾ ਅਗਲੀ ਸੌਂਪ ਦਿੰਦੇ ਆ, ਅਤੇ ਫਿਰ ਉਹਨਾਂ ਦੇ ਸੰਸਾਰ 'ਚ ਜਾਣ ਤੋਂ ਬਾਅਦ ਅਤੇ ਗੁਰੂ ਅੰਗਦ ਸਾਹਿਬ ਜਦੋਂ ਕਰਤਾਰਪੁਰ ਸਾਹਿਬ ਤੋਂ ਆਪਣਾ ਮਿਸ਼ਨ ਸ਼ੁਰੂ ਕਰਨਾ ਹੁੰਦਾ ਉਹਨਾਂ ਨੇ, ਅਤੇ ਉਹਨਾਂ ਨੂੰ ਉੱਥੇ ਫਿਰ ਟਿਕਣ ਨਹੀਂ ਦਿੱਤਾ ਜਾਂਦਾ। ਅਤੇ ਉਹਨਾਂ ਨੂੰ ਕਿਉਂਕਿ ਉਹ ਕਹਿੰਦੇ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਲੜਕੇ ਹਾਂ ਸ਼੍ਰੀ ਚੰਦ ਅਤੇ ਲਖਮੀ ਚੰਦ, ਵੀ ਸਾਡਾ ਪ੍ਰੋਪਰਟੀ 'ਤੇ ਵੀ ਹੱਕ ਆ, ਵੀ ਵੈਸੇ ਵੀ ਜਿੱਦਾਂ ਕਿਉਂਕਿ ਆਮ ਪਰੰਪਰਾ ਇੰਡੀਆ ਦੇ ਵਿੱਚ ਸੀਗੀ ਜੇ ਰਾਜਾ ਇੱਕ ਸੀਗਾ ਅਤੇ ਰਾਜੇ ਦਾ ਮੁੰਡਾ ਹੀ ਰਾਜਾ ਬਣਦਾ ਸੀਗਾ, ਅਤੇ ਪਹਿਲਾਂ ਉਹ ਸ਼ਹਿਜ਼ਾਦਾ ਹੁੰਦਾ ਸੀ ਫਿਰ ਰਾਜਾ ਬਣ ਜਾਂਦਾ ਸੀਗਾ, ਅਤੇ ਇੱਦਾਂ ਹੀ ਜਿਹੜਾ ਇੱਕ ਗੁਰੂ ਸੀਗਾ ਉਹਦਾ ਮੁੰਡਾ ਅੱਗੇ ਗੁਰੂ ਬਣ ਜਾਂਦਾ ਸੀ, ਇੱਦਾਂ ਦੀਆਂ ਪਰੰਪਰਾਵਾਂ ਉੱਥੇ ਪ੍ਰਚਲਿਤ ਸੀਗੀਆਂ। ਜਿਹੜਾ ਕੋਈ ਇਲਾਕੇ ਦਾ ਪਿੰਡ ਦਾ ਮੁਖੀ ਆ ਉਹਦਾ ਅੱਗੇ ਮੁੰਡਾ ਪਰਿਵਾਰ ਅੱਗੇ ਮੁਖੀ ਬਣਦੇ ਸੀਗੇ, ਤਾਂ ਉਹਨੇ ਕਿਹਾ ਵੀ ਇਹ ਪਰੰਪਰਾ ਵੀ ਅਸੀਂ ਵੀ ਇਹ ਸ਼੍ਰੀ ਚੰਦ ਦੇ ਬਣੂੰਗਾ, ਇਹ ਵਾਰਸ ਆ ਉਹਦਾ। ਅਤੇ ਉਸ ਵੇਲੇ ਉਹਨਾਂ ਨੇ ਉਹਨਾਂ ਦੇ ਲਈ ਹਾਲਾਤ ਇੱਦਾਂ ਦੇ ਬਣਾਤੇ ਬਣ ਗਏ ਕਿ ਅਖੀਰ ਗੁਰੂ ਅੰਗਦ ਸਾਹਿਬ ਨੇ ਬਜਾਏ ਝਗੜਾ ਕਰਨ ਦੇ ਉੱਥੋਂ ਛੱਡ ਕੇ ਜਾਣਾ ਬਿਹਤਰ ਸਮਝਿਆ, ਅਤੇ ਉਹਨਾਂ ਨੇ ਆ ਕੇ ਖਡੂਰ ਸਾਹਿਬ ਵਸਾ ਲਿਆ। ਖਡੂਰ ਸਾਹਿਬ ਦੇ ਵਿੱਚ ਫਿਰ ਉਹਨੇ ਆਪਣਾ ਮਿਸ਼ਨ ਸ਼ੁਰੂ ਕੀਤਾ। ਅਤੇ ਬੇਸ਼ੱਕ ਜੇ ਆਪਾਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦਾ ਦੇਖਦੇ ਹਾਂ ਬਾਣੀ ਨੂੰ, ਬਾਕੀ ਸਾਖੀਆਂ ਕੀ ਉਹ ਵੱਖਰੀ ਗੱਲ ਆ, ਅਤੇ ਪਰ ਉਹਦੇ ਵਿੱਚ ਵੀ ਉਹਦੇ ਵਿੱਚ ਉੱਦਾਂ ਉਹਨਾਂ ਨੇ ਫਿਰ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਸਿੱਧੇ ਅਟੈਕ ਕੀਤੇ ਸੀ ਉਹਨਾਂ ਦੀ ਗੁਰੂ ਅੰਗਦ ਦੇਵ ਜੀ ਦੀ ਬਾਣੀ 'ਚ ਉੱਦਾਂ ਦੀ ਗੱਲ ਬਹੁਤ ਘੱਟ ਮਿਲਦੀ ਆ।
ਪਰ ਉਹ ਜਿਹੜਾ ਮਿਸ਼ਨ ਸੀਗਾ ਉਹਨੂੰ ਉਹਨੇ ਜ਼ਰੂਰ ਜਾਰੀ ਰੱਖਿਆ। ਅਤੇ ਹੁਣ ਉਹਨਾਂ ਦੇ ਖਿਲਾਫ਼ ਵੀ ਸ਼ਿਕਾਇਤਾਂ ਹੋਈਆਂ, ਇਸੇ ਕਰਕੇ ਇੱਕ ਆਉਂਦਾ ਵੀ ਜਦੋਂ ਬਾਬਰ ਤੋਂ ਬਾਅਦ ਅਗਲਾ ਜਿਹੜਾ ਹਿੰਦੁਸਤਾਨ ਦਾ ਰਾਜਾ ਬਣਿਆ ਮੁਗਲ, ਉਹ ਹਮਾਂਜੂ ਸੀਗਾ। ਅਤੇ ਉਹ ਇੱਕ ਵਾਰ ਉੱਥੇ ਖਡੂਰ ਸਾਹਿਬ ਆ ਕੇ ਉਹਨਾਂ ਨੂੰ ਮੰਨ ਲਓ ਚੈਲੰਜ ਕਰਦਾ, ਜਾਂ ਉਹਨਾਂ ਦੇ ਨਾਲ ਕੋਈ ਇਹਦੇ ਬਾਰੇ ਪੂਰੀ ਨਹੀਂ ਕਿ ਵੀ ਕੀ ਉੱਥੇ ਹੋਇਆ ਸੀਗਾ, ਪਰ ਇੰਨਾ ਆਉਂਦਾ ਇਤਿਹਾਸ 'ਚ ਵੀ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਵੀ ਤੂੰ ਮੇਰੇ 'ਤੇ ਕਿਰਪਾਨ ਕੱਢਦਾ, ਵੀ ਤੂੰ ਜਦੋਂ ਕਿਰਪਾਨ ਕੱਢਣ ਦੀ ਲੋੜ ਸੀ ਉਦੋਂ ਤਾਂ ਤੂੰ ਬੋਲਿਆ ਨਹੀਂ, ਜਾਂ ਉਦੋਂ ਤਾਂ ਤੂੰ ਕੱਢ ਨਹੀਂ ਸਕਿਆ। ਅਤੇ ਉੱਥੋਂ ਪਤਾ ਲੱਗਦਾ ਵੀ ਉਹਨਾਂ ਦੇ ਖਿਲਾਫ਼ ਗੁਰੂ ਅੰਗਦ ਦੇਵ ਜੀ ਭਾਵੇਂ ਉੱਥੋਂ ਛੱਡ ਕੇ ਆ ਗਏ ਸੀ ਕਰਤਾਰਪੁਰ, ਪਰ ਉਹਨਾਂ ਦੇ ਖਿਲਾਫ਼ ਸ਼ਿਕਾਇਤਾਂ ਉਹਨਾਂ ਨੇ ਸ਼ੁਰੂ ਕੀਤੀਆਂ ਸੀਗੀਆਂ, ਬ੍ਰਾਹਮਣਾਂ ਨੇ ਵੀ, ਪੁਜਾਰੀਆਂ ਨੇ ਵੀ, ਮੁੱਲਾਂ ਮਲਾਣਿਆਂ ਨੇ ਵੀ, ਪਰ ਉਹ ਸਮਾਂ ਉਹਨੇ ਟਾਲ ਦਿੱਤਾ। ਫਿਰ ਜੇ ਅੱਗੇ ਉਹਨਾਂ ਤੋਂ ਅਗਲਾ ਸਮਾਂ ਦੇਖਦੇ ਹਾਂ ਵੀ ਜਦੋਂ ਗੁਰੂ ਅੰਗਦ ਸਾਹਿਬ ਆਪਣਾ ਉਹਨਾਂ ਦਾ ਆਖਰੀ ਸਮਾਂ ਆਉਂਦਾ, ਫਿਰ ਗੁਰੂ ਅਮਰਦਾਸ ਜੀ ਅਗਲੇ ਮਤਲਬ ਉਹਨਾਂ ਦੇ ਜਗ੍ਹਾ 'ਤੇ ਉਹ ਜਿਹੜੀ ਮੂਵਮੈਂਟ ਆ ਉਹਨੂੰ ਅੱਗੇ ਤੋਰਦੇ ਆ, ਤਾਂ ਫਿਰ ਜਿਹੜੇ ਗੁਰੂ ਅੰਗਦ ਸਾਹਿਬ ਦੇ ਦੋ ਮੁੰਡੇ ਆ, ਦੋ ਪੁੱਤਰ ਆ, ਉਹ ਫਿਰ ਉਹਨਾਂ ਨੂੰ ਗੁਰੂ ਅਮਰਦਾਸ ਜੀ ਨੂੰ ਉੱਥੇ ਖਡੂਰ ਸਾਹਿਬ ਟਿਕਣ ਨਹੀਂ ਦਿੰਦੇ। ਅਤੇ ਗੁਰੂ ਅੰਗਦ ਸਾਹਿਬ ਵਾਂਗ ਹੀ ਜਿੱਦਾਂ ਉਹਨਾਂ ਨੂੰ ਕਰਤਾਰਪੁਰ ਛੱਡਣਾ ਪਿਆ ਸੀ, ਇੱਦਾਂ ਹੀ ਗੁਰੂ ਅਮਰਦਾਸ ਜੀ ਨੂੰ ਖਡੂਰ ਸਾਹਿਬ ਛੱਡਣਾ ਪਿਆ। ਅਤੇ ਉਹਨਾਂ ਨੇ ਫਿਰ ਆ ਕੇ ਗੋਇੰਦਵਾਲ ਵਸਾ ਲਿਆ, ਫਿਰ ਉਹ ਮੂਵਮੈਂਟ ਉੱਥੋਂ ਸ਼ੁਰੂ ਹੋਈ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਸਮੇਂ ਦੇ ਉੱਤੇ ਜਦੋਂ ਉਹਨਾਂ ਦਾ ਸਮਾਂ ਆਇਆ, ਅਤੇ ਗੁਰੂ ਰਾਮਦਾਸ ਜੀ ਨੂੰ, ਗੁਰੂ ਅਮਰਦਾਸ ਜੀ ਦੇ ਜਿਹੜੇ ਲੜਕੇ ਸੀਗੇ ਜਾਂ ਪਰਿਵਾਰ ਸੀਗਾ, ਉਹਨਾਂ ਨੇ ਉੱਥੇ ਗੋਇੰਦਵਾਲ ਟਿਕਣ ਨਹੀਂ ਦਿੱਤਾ, ਅਤੇ ਉਹਨਾਂ ਨੂੰ ਉੱਥੋਂ ਫਿਰ ਛੱਡ ਕੇ ਅੰਮ੍ਰਿਤਸਰ ਬਾਅਦ ਵਿੱਚ ਜਿਹੜਾ ਬਣਿਆ, ਅੱਜ ਅੰਮ੍ਰਿਤਸਰ ਕਹਿੰਦੇ ਆ, ਚੱਕ ਰਾਮਦਾਸ ਵੀ ਉਹਨੂੰ ਪਹਿਲਾਂ ਕਿਹਾ ਗਿਆ, ਉੱਥੇ ਸ਼ਹਿਰ ਵਸਾਇਆ ਉਹਨਾਂ ਨੇ, ਅਤੇ ਉੱਥੇ ਫਿਰ ਉਹਨੇ ਆਪਣਾ ਪ੍ਰਚਾਰ ਸ਼ੁਰੂ ਕੀਤਾ। ਜਦੋਂ ਗੁਰੂ ਰਾਮਦਾਸ ਜੀ ਦਾ ਸਮਾਂ ਆਇਆ, ਅਤੇ ਹੁਣ ਉਹਨਾਂ ਦੇ ਅੱਗੇ ਗੁਰੂ ਅਰਜਨ ਦੇਵ ਜੀ ਨੇ ਬਣਨਾ ਸੀਗਾ, ਅਤੇ ਉਹਨਾਂ ਨੇ ਵੀ ਬਹੁਤ ਔਖੇ ਹਾਲਾਤ ਕਰ ਦਿੱਤੇ, ਭਾਵੇਂ ਗੁਰੂ ਅਰਜਨ ਸਾਹਿਬ ਆਪਣੇ ਸਮੇਂ 'ਚ ਉੱਥੋਂ ਛੱਡ ਕੇ ਤਾਂ ਨਹੀਂ ਗਏ, ਪਰ ਉਹਨਾਂ ਦਾ ਜਿਹੜਾ ਆਪਣਾ ਹੀ ਭਰਾ ਆ ਪਿਰਥੀ ਚੰਦ, ਅਤੇ ਉਹ ਬਾਕੀ ਜਿਹੜਾ ਹੋਰ ਪਰਿਵਾਰ ਆ, ਉਹਨਾਂ ਨੇ ਬੜੇ ਉੱਥੇ ਹਾਲਾਤ ਇੱਦਾਂ ਦੇ ਬਣਾਏ ਹੋ ਸੀਗੇ ਕਿ ਉਹਨਾਂ ਨੂੰ ਉੱਥੇ ਰਹਿਣਾ ਕੋਈ ਬਹੁਤ ਸੌਖਾ ਨਹੀਂ ਸੀਗਾ। ਅਤੇ ਇਹ ਵੀ ਇਤਿਹਾਸ 'ਚ ਆਉਂਦਾ ਥੋੜ੍ਹਾ ਬਹੁਤਾ ਸਾਡੇ ਕੋਲ, ਜਿਹੜਾ ਸਹੀ ਇਤਿਹਾਸ ਮਿਲਦਾ ਕਿ ਗੁਰੂ ਅਰਜਨ ਦੇਵ ਜੀ ਦੇ ਜੋ ਪਿਰਥੀ ਚੰਦ ਸੀਗਾ, ਵੀ ਉਹ ਜਦੋਂ ਕੋਈ ਸੰਗਤਾਂ ਆਉਂਦੀਆਂ ਸੀ ਉਹਨਾਂ ਤੋਂ ਬਾਹਰੋਂ ਬਾਹਰ ਲੰਗਰ ਦਾ ਸਮਾਨ ਜਾਂ ਹੋਰ ਚੀਜ਼ਾਂ ਖੋਹ ਲੈਂਦੇ ਸੀਗੇ, ਲੁੱਟ ਲੈਂਦੇ ਸੀਗੇ, ਤਾਂ ਕਿ ਵੀ ਉਹ ਉੱਥੇ ਪਹੁੰਚੇ ਨਾ, ਅਤੇ ਵੀ ਉਹ ਮੰਨ ਲਓ ਉਹਨਾਂ ਦਾ ਜਿਹੜਾ ਕੰਮ ਹੈ ਉਹ ਚੱਲ ਨਾ ਸਕੇ। ਅਤੇ ਇੱਦਾਂ ਦੇ ਹਾਲਾਤਾਂ ਦੇ ਬਾਵਜੂਦ ਉਹ ਆਪਣਾ ਕੰਮ ਕਰਦੇ ਰਹੇ, ਕਿਉਂਕਿ ਉਹਨਾਂ ਦੇ ਕੋਲ ਵੱਡਾ ਮਿਸ਼ਨ ਉਹਨਾਂ ਦਾ ਸੀਗਾ ਵੀ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਨੇ ਇਕੱਠੀ ਕੀਤੀ ਆ, ਉਹ ਭਗਤਾਂ ਦੀ ਬਾਣੀ ਜਾਂ ਪਹਿਲੇ ਜਿਹੜੇ ਗੁਰੂ ਅਰਜਨ ਸਾਹਿਬ ਤੋਂ ਪਹਿਲੇ ਚਾਰ ਗੁਰੂ ਉਹਨਾਂ ਦੀ ਬਾਣੀ, ਵੀ ਆਪਾਂ ਇਹ ਬਾਣੀ ਜਿਹੜੀ ਲਿਖੀ ਜਾ ਰਹੀ ਵੀ ਇਹਨੂੰ ਕਿਸੇ ਢੰਗ ਨਾਲ ਆਪਾਂ ਕੰਪਾਈਲ ਕਰ ਲਈਏ, ਇਕੱਠੀ ਕਰਕੇ ਗ੍ਰੰਥ ਰੂਪ ਦੇ ਦਈਏ, ਤਾਂ ਕਿ ਕੱਲ੍ਹ ਨੂੰ ਪਤਾ ਨਹੀਂ ਹਾਲਾਤ ਕਿੱਦਾਂ ਬਣਨ, ਵੀ ਜਿੱਦਾਂ ਪਹਿਲੇ ਜਿਹੜੇ ਪੈਗੰਬਰ ਗੁਰੂ ਹੋਏ ਆ, ਵੀ ਉਹਨਾਂ ਦੇ ਆਪਣੇ ਸਮੇਂ 'ਚ ਆਪਣੇ ਹੱਥੀਂ ਆਪਣੀ ਬਾਣੀ ਲਿਖੀ ਨਹੀਂ, ਤਾਂ ਉਹ ਪੁਜਾਰੀਆਂ ਨੇ ਉਹਦੇ ਵਿੱਚ ਬਹੁਤ ਰਲਾ ਪਾ ਕੇ ਅਤੇ ਆਪਣੇ ਮਨ ਮਰਜ਼ੀ ਦੇ ਧਰਮ ਬਣਾ ਲਏ।
ਤੇ ਵੀ ਉਹ ਇਦਾਂ ਚਾਹੁੰਦੇ ਨਹੀਂ ਸੀਗੇ, ਤਾਂ ਇਸ ਕਰਕੇ ਉਹਨਾਂ ਨੇ ਮੇਨ ਫੋਕਸ ਉਹ ਗੁਰਬਾਣੀ ਨੂੰ ਇਕੱਠੀ ਕਰਨ ਅਤੇ ਗ੍ਰੰਥ ਲਿਖਣ ਦੇ ਉੱਤੇ ਰੱਖਿਆ। ਅਤੇ ਉਹਦੇ ਵਿੱਚ ਵੀ ਜੇ ਆਪਾਂ ਇਨਵੇਟਿਵ ਦੇਖੀਏ ਵੀ ਗੁਰੂ ਅਮਰਦਾਸ ਜੀ ਦੇ ਸਮੇਂ, ਗੁਰੂ ਰਾਮਦਾਸ ਜੀ ਦੇ ਸਮੇਂ, ਗੁਰੂ ਅਰਜਨ ਦੇਵ ਜੀ ਦੇ ਸਮੇਂ ਸ਼ਿਕਾਇਤਾਂ ਜਿਹੜੀਆਂ ਉਸ ਵੇਲੇ ਦੇ ਜਿਹੜੇ ਵੀ ਹਾਕਮ ਸੀਗੇ, ਚਾਹੇ ਅਕਬਰ ਸੀਗਾ ਚਾਹੇ ਬਾਅਦ 'ਚ ਜਹਾਂਗੀਰ ਆਇਆ, ਉਹਨਾਂ ਦੇ ਪਹੁੰਚਦੀਆਂ ਰਹੀਆਂ ਅਤੇ ਉਹਨਾਂ ਦੇ ਖਿਲਾਫ਼ ਸਾਜ਼ਿਸ਼ਾਂ ਉਹ ਹੁੰਦੀਆਂ ਹੀ ਰਹੀਆਂ ਅਤੇ ਕਈ ਵਾਰੀ ਉਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਵੀ ਜਾਣਾ ਪੈਂਦਾ ਰਿਹਾ, ਬੰਦੇ ਭੇਜੇ ਗਏ ਸਿੱਖ ਉਹਨਾਂ ਦੇ ਰਾਹੀਂ ਸਪਸ਼ਟੀਕਰਨ ਵੀ ਦਿੱਤੇ। ਅਤੇ ਪਰ ਉਹਨਾਂ ਨੇ ਫਿਰ ਵੀ ਆਪਣਾ ਜਿਹੜਾ ਮਿਸ਼ਨ ਹੈ ਜਾਰੀ ਰੱਖਿਆ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਲਿਖ ਦਿੱਤਾ ਗਿਆ ਅਤੇ ਫਿਰ ਪੁਜਾਰੀ ਨੂੰ ਵੱਡਾ ਖਤਰਾ ਲੱਗਾ ਵੀ ਹੁਣ ਵੀ ਅਸੀਂ ਕਿੱਦਾਂ ਪੀੜ੍ਹੀ ਦੇ ਵਿੱਚ ਰਲਾ ਪਾਵਾਂਗੇ ਜਾਂ ਕਿੱਦਾਂ ਹੁਣ ਇਹਨਾਂ ਦੇ ਮਿਸ਼ਨ ਰੋਕਿਆ ਜਾ ਸਕਦਾ ਵੀ ਹੁਣ ਇਹਨੇ ਕੰਪਾਈਲ ਕਰ ਲਿਆ। ਅਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਵੱਡੀਆਂ ਸਾਜ਼ਿਸ਼ਾਂ ਕੀਤੀਆਂ ਜਿਹਦਾ ਨਤੀਜਾ ਇਹ ਨਿਕਲਿਆ ਕਿ ਗੁਰੂ ਅਰਜਨ ਸਾਹਿਬ ਨੂੰ ਜਹਾਂਗੀਰ ਦੇ ਹੁਕਮਾਂ ਦੇ ਨਾਲ ਸ਼ਹੀਦ ਕਰਤਾ ਗਿਆ। ਜਿੰਨੀ ਕੁ ਮੈਨੂੰ ਬੇਸ਼ੱਕ ਬਹੁਤ ਸਾਰੀਆਂ ਇਤਿਹਾਸ ਦੇ ਵਿੱਚ ਚੀਜ਼ਾਂ ਸਾਨੂੰ ਨਹੀਂ ਮਿਲਦੀਆਂ ਅਤੇ ਨਾ ਹੀ ਜੇ ਆਪਾਂ ਪਿਛਲਾ 400 ਸਾਲ ਦਾ ਇਤਿਹਾਸ ਦੇਖੀਏ ਵੀ ਸਾਡੇ ਜਿਹੜੇ ਲੋਕ ਸਿੱਖ ਬਣਦੇ ਸੀ ਗੁਰੂਆਂ ਦੇ ਉਹ ਕੋਈ ਅਲੀਟ ਕਲਾਸ 'ਚੋਂ ਨਹੀਂ ਸੀ ਬਣਦੇ, ਕਿਉਂਕਿ ਜਿਹੜਾ ਪੜ੍ਹਨ ਲਿਖਣ ਦਾ ਹੱਕ ਸੀਗਾ ਉਹ ਸਿਰਫ ਬ੍ਰਾਹਮਣ ਕੋਲ ਸੀਗਾ ਜਾਂ ਥੋੜ੍ਹਾ ਬਹੁਤਾ ਉਹ ਹੱਕ ਜਿਹੜੇ ਕਸ਼ਤਰੀ ਸੀਗੇ ਖੱਤਰੀ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਨੂੰ ਦਿੰਦਾ ਸੀ। ਜਿਹੜੇ ਵੈਸ਼ ਤਾਂ ਸ਼ੂਦਰ ਸੀਗੇ ਉਹਨਾਂ ਨੂੰ ਕੋਈ ਪੜ੍ਹਨ ਲਿਖਣ ਦਾ ਹੱਕ ਨਹੀਂ ਸੀਗਾ, ਭਾਵੇਂ ਉਹ ਧਾਰਮਿਕ ਹੋਵੇ ਚਾਹੇ ਕੁਛ ਹੋਰ। ਅਤੇ ਪਰ ਹੁਣ ਜਿਹੜੇ ਗੁਰੂਆਂ ਦੇ ਨਾਲ ਲੋਕ ਜੁੜਦੇ ਸੀਗੇ ਉਹ ਜੁੜਦੇ ਸੀਗੇ ਵੈਸ਼ ਤਾਂ ਸ਼ੂਦਰੇ, ਕਿਉਂਕਿ ਉਹਨਾਂ ਦੀ ਉਹ ਗੱਲ ਕਰਦੇ ਸੀ, ਬਰਾਬਰਤਾ ਦੀ ਗੱਲ ਕਰਦੇ ਸੀ। ਹੁਣ ਜਿਨ੍ਹਾਂ ਜਿਹੜੇ ਉੱਚ ਜਾਤੀ ਸੀਗੇ ਉਹਨਾਂ ਦੀ ਤਾਂ ਸਰਦਾਰੀ ਟੁੱਟਦੀ ਸੀ, ਇਸ ਕਰਕੇ ਉਹ ਨਹੀਂ ਸੀ ਲਾਈਕ ਕਰਦੇ ਗੁਰੂਆਂ ਨੂੰ, ਅਤੇ ਇਸ ਕਰਕੇ ਉਹਨਾਂ ਦੀ ਜਿਹੜੀ ਸਰਦਾਰੀ ਟੁੱਟ ਉਹ ਵਿਰੋਧ ਦੇ ਵਿੱਚ ਖੜ੍ਹਦੇ। ਤਾਂ ਜਿਹੜੇ ਹੱਕ 'ਚ ਆਉਂਦੇ ਸੀ ਜਾਂ ਸਿੱਖ ਬਣਦੇ ਸੀ ਉਹ ਸ਼ੂਦਰ ਅਤੇ ਵੈਸ਼ ਬਣਦੇ ਸੀ ਜਾਂ ਜਿਹੜੇ ਅਨਟਚੇਬਲ ਸੀਗੇ। ਅਤੇ ਹੁਣ ਉਹਨਾਂ ਦੇ ਉਹਦੇ ਕਰਕੇ ਜੇ ਆਪਾਂ ਦੇਖੀਏ ਵੀ ਜਿਹੜਾ ਸਿੱਖ ਬਣੇ ਆ ਜਾਂ ਸਿੱਖਾਂ ਦਾ ਇਤਿਹਾਸ ਆ ਗੁਰੂਆਂ ਦੇ ਪੀਰੀਅਡ ਜਾਂ ਬਾਅਦ 'ਚ ਉਹ ਇਹ ਹੀ ਹੈਗਾ ਵੀ ਉਹਨਾਂ ਦੇ ਕੋਲ, ਕਿਉਂਕਿ ਉਹਨਾਂ ਨੂੰ ਕੋਈ ਪੜ੍ਹਨ ਲਿਖਣ ਦਾ ਕੋਈ ਬਹੁਤ ਅਧਿਕਾਰ ਨਾ ਹੋਣ ਕਰਕੇ ਕੋਈ ਬਹੁਤੇ ਲੋਕ ਸਾਡੇ ਸਿੱਖ ਧਰਮ 'ਚ ਕੋਈ ਸਕੋਲਰ ਨਹੀਂ ਪੈਦਾ ਹੋ ਸਕੇ ਉਸ ਟਾਈਮ ਦੇ ਵਿੱਚ ਜਾਂ ਬਾਅਦ 'ਚ ਵੀ। ਉਹ ਪਰੰਪਰਾ ਹੀ ਨਹੀਂ ਰਹੀ ਜਿੱਦਾਂ ਨਾ ਇਤਿਹਾਸ ਲਿਖਣ ਦੀ ਸੀ ਜਾਂ ਕੁਛ ਹੋਰ ਲਿਖਣ ਦੀ, ਬਹੁਤ ਥੋੜ੍ਹੇ ਲੋਕਾਂ ਨੇ ਲਿਖਿਆ। ਅਤੇ ਮੇਰਾ ਇਹ ਜਿੱਦਾਂ ਜੇ ਲੌਜੀਕਲੀ ਆਪਾਂ ਜਦੋਂ ਸੋਚਦੇ ਹਾਂ ਉਹਨਾਂ ਹਾਲਾਤਾਂ ਨੂੰ ਜਿੱਦਾਂ ਦੇ ਉੱਥੇ ਬਣਾਏ ਗਏ ਜਾਂ ਬਣੇ ਆ, ਉਹਦੇ ਤੋਂ ਇਹ ਮੈਨੂੰ ਲੱਗਦਾ ਵੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਜਿਹੜੀ ਆ ਉਹਦਾ ਕਾਰਨ ਭਾਵੇਂ ਇਹ ਹੀ ਕਹਿੰਦੇ ਆ ਵੀ ਚੰਦੂ ਦੀ ਲੜਕੀ ਦਾ ਵਿਆਹ ਰਿਸ਼ਤਾ ਉਹਨੂੰ ਮੰਗਿਆ ਸੀ ਗੁਰੂ ਸਾਹਿਬ ਨੇ ਨਾ ਕਰ ਦਿੱਤੀ ਜਾਂ ਸੰਗਤ ਦੇ ਕਹੇ 'ਤੇ ਨਾ ਕਰਤੀ ਅਤੇ ਉਹਦੇ ਸ਼ਿਕਾਇਤ ਉਹਨੀ ਕਰਤੀ ਜਾ ਕੇ ਤਾਂ ਉਹਦੇ ਕਰਕੇ ਉਹਨਾਂ ਨੂੰ ਮਤਲਬ ਸ਼ਹੀਦ ਕੀਤਾ ਗਿਆ। ਪਰ ਜੇ ਜਹਾਂਗੀਰ ਨੇ ਐਡਾ ਵੱਡਾ ਕਦਮ ਚੁੱਕਿਆ ਵੀ ਇੱਕ ਐਡਾ ਵੱਡਾ ਬੰਦਾ ਗੁਰੂ ਅਰਜਨ ਸਾਹਿਬ ਵਰਗੀ ਸ਼ਖਸੀਅਤ ਜਿਹੜੀ ਆ ਉਹਨੂੰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ ਤਾਂ ਉਹ ਕੋਈ ਇੰਨਾ ਕੁ ਛੋਟਾ ਜਿਹਾ ਕਾਰਨ ਨਹੀਂ ਹੋਊਗਾ ਵੀ ਉਹ ਵੀ ਉਹਨਾਂ ਨੂੰ ਵੀ ਉਹ ਲੜਕੀ ਦਾ ਰਿਸ਼ਤਾ ਸਮਾਜ 'ਚ ਇੱਦਾਂ ਦੇ ਰਿਸ਼ਤੇ ਜਾਣੀ ਬਣਦੇ ਟੁੱਟਦੇ ਰਹਿੰਦੇ ਪਹਿਲਾਂ ਵੀ ਸੀ ਅੱਜ ਵੀ ਇੱਦਾਂ ਹੈਗਾ ਅਤੇ ਕੋਈ ਬੰਦਾ ਇੰਨੇ ਭਾਰੀ ਤਸੀਹਿਆਂ ਦੇ ਨਾਲ ਨਹੀਂ ਸ਼ਹੀਦ ਕਰਦਾ। ਦੂਜਾ ਜਿਹੜੇ ਤਸੀਹੇ ਉਹਨਾਂ ਨੂੰ ਦਿੱਤੇ ਗਏ
ਉਹ ਜੇ ਜਿਹੜਾ ਚੰਗੇਜ਼ ਖਾਨ ਸੀਗੇ ਉਹ ਜਦੋਂ ਉਹ ਆਏ ਸੀ ਤਾਂ ਉਹਨਾਂ ਨੇ ਇੱਕ ਉਹਨਾਂ ਦਾ ਇੱਕ ਜਾਸਾ ਦਾ ਕਾਨੂੰਨ ਕਹਿੰਦੇ ਆ, ਜਿਹਦੇ ਵਿੱਚ ਇਹ ਹੁੰਦਾ ਸੀ ਵੀ ਜਿਹੜਾ ਕੋਈ ਉਹਨਾਂ ਦਾ ਇੱਕ ਭਰਮ ਸੀ ਜਾਂ ਵਹਿਮ ਸੀ ਕਹਿ ਲਓ ਜਾਂ ਇੱਦਾਂ ਮਿੱਥ ਸੀਗੀ ਕਿ ਜਿਹੜਾ ਇੱਕ ਕੋਈ ਮਹਾਂਪੁਰਸ਼ ਆ, ਕੋਈ ਇਨਕਲਾਬੀ ਪੁਰਸ਼ ਆ ਜਾਂ ਰੱਬ ਨੂੰ ਪਹੁੰਚਿਆ ਪੁਰਸ਼ ਹੈਗਾ, ਵੀ ਜੇ ਉਹਨੂੰ ਤੁਸੀਂ ਤੁਹਾਨੂੰ ਕੋਈ ਡਰ ਆ ਖਤਰਾ ਆ ਉਹਨੂੰ ਜੇ ਮਾਰ ਪਹਿਲ ਤਾਂ ਮਾਰੋ ਨਾ, ਜੇ ਮਾਰਨਾ ਹੀ ਪੈਂਦਾ ਤਾਂ ਇਸ ਢੰਗ ਨਾਲ ਉਹਨੂੰ ਮਾਰੋ ਵੀ ਉਹਦਾ ਜਿਹੜਾ ਖੂਨ ਦਾ ਕਤਰਾ ਨਾ ਜ਼ਮੀਨ 'ਤੇ ਡਿੱਗੇ, ਵੀ ਨਹੀਂ ਤਾਂ ਉਹਨਾਂ ਦਾ ਇਹ ਵਹਿਮ ਸੀਗਾ ਕਿ ਜੇ ਇੱਕ ਵੀ ਖੂਨ ਦਾ ਕਤਰਾ ਜ਼ਮੀਨ 'ਤੇ ਡਿੱਗ ਪਿਆ ਤਾਂ ਉੱਦਾਂ ਦੇ ਹੋਰ ਕਈ ਬੰਦੇ ਪੈਦਾ ਹੋ ਜਾਣੇ। ਅਤੇ ਉਸੇ ਜਿਹੜਾ ਕਾਨੂੰਨ ਜਾਸਾ ਦਾ ਸੀਗਾ ਉਹਦੇ ਅਧੀਨ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਅਤੇ ਇਸੇ ਕਰਕੇ ਉਹਨਾਂ ਨੂੰ ਤੱਤੀ ਤਵੀ 'ਤੇ ਬਿਠਾਇਆ, ਗਰਮ ਰੇਤਾ ਪਾਈ, ਫਿਰ ਉਹਨੂੰ ਗਰਮ ਪਾਣੀ 'ਚ ਉਬਾਲਿਆ ਗਿਆ, ਅਤੇ ਬਾਅਦ ਵਿੱਚ ਉਹਨਾਂ ਨੂੰ ਜਿਹੜੀ ਆਪਣੇ ਨਦੀ ਆ ਰਾਵੀ ਉਹਦੇ ਵਿੱਚ ਰੋੜ ਦਿੱਤਾ ਗਿਆ ਉਹਨਾਂ ਦੇ ਸਰੀਰ ਨੂੰ, ਅਤੇ ਤਾਂ ਕਿ ਕਿਉਂਕਿ ਉਹ ਬਹੁਤ ਭੈਭੀਤ ਸੀਗੇ ਉਹਨਾਂ ਤੋਂ। ਇਹਦੋਂ ਪਤਾ ਲੱਗਦਾ ਵੀ ਉਹ ਜੇ ਇਹ ਉਹ ਕਾਨੂੰਨ ਉਹਨਾਂ ਨੇ ਲਾਗੂ ਕੀਤਾ ਇਹਦਾ ਮਤਲਬ ਉਹਨਾਂ ਨੂੰ ਇੱਕ ਬਹੁਤ ਵੱਡੀ ਸ਼ਖਸੀਅਤ ਉਹ ਮੰਨਦੇ ਸੀਗੇ, ਅਤੇ ਉਸੇ ਕਰਕੇ ਉਹ ਜਿਹੜੀ ਇਹ ਘਟਨਾ ਮੈਨੂੰ ਲੱਗਦਾ ਕੋਈ ਬਹੁਤੀ ਅਹਿਮੀਅਤ ਵਾਲੀ ਨਹੀਂ ਕਿ ਉਹ ਉਹਨਾਂ ਨੇ ਰਿਸ਼ਤਾ ਛੱਡ ਦਿੱਤਾ ਸੀਗਾ। ਅਤੇ ਦੂਜਾ ਉਸ ਪੀਰੀਅਡ 'ਚ ਇੱਕ ਜਿੱਦਾਂ ਅਕਬਰ ਤਾਂ ਬੀਰਬਲ ਦੇ ਆਪਾਂ ਆਮ ਚੁਟਕਲੇ ਜਾਂ ਸੁਣਦੇ ਹਾਂ ਕਈ ਮਤਲਬ ਆਮ ਪ੍ਰਚਲਿਤ ਹੈਗੇ ਆ, ਅਤੇ ਉਹ ਜਿਹੜਾ ਬੀਰਬਲ ਆ ਉਹ ਵੀ ਉਸ ਵੇਲੇ ਮਤਲਬ ਰੋਲ ਪਲੇ ਕਰਦਾ ਸੀ ਕਿਉਂਕਿ ਇੱਦਾਂ ਦੇ ਜਿਹੜੇ ਬੀਰਬਲ ਵਰਗੇ ਬਹੁਤ ਬ੍ਰਾਹਮਣ ਜਿਹੜੇ ਸੀਗੇ ਉਹ ਜਿਹੜੇ ਮੁਗਲ ਦਰਬਾਰਾਂ ਦੇ ਵਿੱਚ ਫਿੱਟ ਬੈਠੇ ਸੀਗੇ ਜਿੱਥੋਂ। ਇਸੇ ਕਰਕੇ ਤੁਸੀਂ ਦੇਖੋ ਵੀ ਉਹ ਬ੍ਰਾਹਮਣਾਂ ਨੂੰ ਕੋਈ ਖਤਰਾ ਨਹੀਂ ਸਾਰੀ ਹੋਇਆ, ਉਹਨਾਂ ਦੀ ਸਰਦਾਰੀ ਮੁਗਲਾਂ ਵੇਲੇ ਵੀ ਉੱਦਾਂ ਹੀ ਰਹੀ, ਅੰਗਰੇਜ਼ਾਂ ਵੇਲੇ ਵੀ ਉੱਦਾਂ ਹੀ ਰਹੀ ਜਾਂ ਉਹ ਤੋਂ ਪਹਿਲਾਂ ਵੀ ਉੱਦਾਂ ਹੀ ਰਹੀ। ਅਤੇ ਇਸ ਕਰਕੇ ਉਹ ਜਿਹੜੇ ਲੋਕ ਸੀਗੇ ਉਹ ਵੀ ਰੋਲ ਪਲੇ ਕਰਦੇ ਸੀਗੇ ਵੀ ਇਹ ਬੰਦਾ ਜਿਹੜਾ ਜਾਂ ਇਹ ਲਹਿਰ ਆ ਇਹ ਬੜੀ ਖਤਰਨਾਕ ਹੈਗੀ ਆ। ਇੱਕ ਹੋਰ ਨਕਸ਼ਬੰਦੀ ਇੱਕ ਲਹਿਰ ਸੀ ਮੁਸਲਮਾਨਾਂ ਦੀ ਇਸਲਾਮ ਦੀ, ਉਹ ਵੀ ਇੱਕ ਬੜੀ ਕੱਟੜਤਾ ਵਾਲੀ ਲਹਿਰ ਸੀਗੀ। ਅਤੇ ਜਿੱਦਾਂ ਅੱਜ ਆਪਾਂ ਕਹਿੰਦੇ ਹਾਂ ਆਈਸਿਸ ਵਾਲੇ ਹੈਗੇ ਆ ਜਾਂ ਤਾਲੀਬਾਨ ਹੈਗੇ ਆ, ਜਿੱਦਾਂ ਆਪਾਂ ਆਮ ਪ੍ਰਚਲਿਤ ਆ ਵੀ ਬੜੇ ਉਹ ਕੱਟੜ ਹੈਗੇ ਇਸਲਾਮ ਦੇ ਵਿੱਚ, ਉਹ ਉੱਦਾਂ ਦੇ ਲੋਕ ਸੀਗੇ। ਅਤੇ ਉਹ ਵੀ ਇਸਲਾਮ ਨੂੰ ਖਤਰਾ ਇਹ ਗੁਰੂਆਂ ਦੀ ਜਿਹੜੀ ਵਿਚਾਰਧਾਰਾ ਸੀਗੀ ਉਹਨਾਂ ਨੂੰ ਖਤਰਾ ਮੰਨਦੇ ਸੀਗੇ, ਅਤੇ ਇਸ ਕਰਕੇ ਫਿਰ ਉਹਨਾਂ ਨੇ ਚਾਹੁੰਦੇ ਨਹੀਂ ਸੀਗੇ ਜਿਹੜਾ ਗ੍ਰੰਥ ਆ ਵੀ ਉਹ ਲਿਖਿਆ ਜਾਵੇ, ਉਹ ਜਾਏ ਵਿਚਾਰਧਾਰਾ ਸੰਸਾਰ 'ਚ ਰਹੇ। ਅਤੇ ਹੁਣ ਜਦੋਂ ਇਹ ਬਣ ਗਈ ਸੀਗੀ ਤਾਂ ਮੈਂ ਜਿੱਦਾਂ ਲੋਜਿਕ ਲਾਉਣਾ ਜਾਂ ਹਿਸਟਰੀ ਦੇ ਪੁਆਇੰਟ ਆਫ ਵੀ ਸਾਰੇ ਜਿੱਦਾਂ ਕਹਿੰਦੇ ਹੁੰਦੇ ਆ ਸਰਕਮਸਟਾਂਸ਼ੀਅਲ ਐਵੀਡੈਂਸ ਜਿਹਨੂੰ ਆਪਾਂ ਕੋਰਟ ਦੀ ਲੈਂਗੁਏਜ 'ਚ ਕਹਿੰਦੇ ਹਾਂ, ਜੇ ਉਹ ਦੇਖੀਏ ਤਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਜਿਹੜਾ ਇੱਕੋ ਇੱਕ ਵੱਡਾ ਕਾਰਨ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਨਾ, ਉਹਨੂੰ ਕੰਪਾਈਲ ਕਰਨਾ। ਅਤੇ ਮੇਰਾ ਇਹ ਆਪਣਾ ਹੈਗਾ ਵਿਚਾਰ, ਅਤੇ ਜਿਹੜੇ ਖੋਜੀ ਵਿਦਵਾਨ ਆ ਇਸ 'ਤੇ ਖੋਜ ਕਰ ਸਕਦੇ ਆ ਜਾਂ ਕਰਨੀ ਚਾਹੀਦੀ ਆ ਕਿ ਗੁਰੂ ਅਰਜਨ ਸਾਹਿਬ ਜਿੱਦਾਂ ਸਾਨੂੰ ਹੁਣ ਸਟੋਰੀਆਂ ਬਣਾ ਕੇ ਦੱਸੀਆਂ ਗਈਆਂ ਆ ਵੀ ਗੁਰੂ ਅਰਜਨ ਸਾਹਿਬ ਨੇ ਇੱਦਾਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਫਿਰ ਉਹ ਨੰਗੇ ਪੈਰੀਂ ਉੱਥੋਂ ਗਏ, ਪ੍ਰਕਾਸ਼ ਕੀਤਾ, ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ, ਅਤੇ ਫਿਰ ਉਹ ਆਪ ਥੱਲੇ ਸੌਣ ਲੱਗ ਪਿਆ ਮੰਜੇ ਦੇ ਉੱਤੇ, ਪ੍ਰਕਾਸ਼ ਕੀਤਾ। ਇਹ ਸਾਰੀਆਂ ਜਿਹੜੀਆਂ ਕਹਾਣੀਆਂ ਆ ਇਹ ਗੁਰਬਿਲਾਸ ਪਾਤਸ਼ਾਹ 6ਵੀਂ ਦੇ ਵਿੱਚ ਬਾਅਦ ਵਿੱਚ ਲਿਖੀਆਂ ਗਈਆਂ, ਜਿਹੜਾ ਕਿ
ਗੁਰਬਿਲਾਸ ਆ ਉਹ ਗੁਰੂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਹੁਤ ਬਾਅਦ ਇਹ ਗ੍ਰੰਥ ਲਿਖਿਆ ਗਿਆ, ਉਹ ਆਪਾਂ ਅੱਗੇ ਗੱਲ ਕਰਾਂਗੇ। ਅਤੇ ਉਹਦੇ ਵਿੱਚ ਇਹ ਸਾਰੀ ਜਿਹੜੀ ਮਰਿਆਦਾ ਆ ਉਹ ਲਿਖੀ ਗਈ ਆ, ਅਤੇ ਉਹਦੇ ਆਧਾਰ 'ਤੇ ਜਿਹੜਾ ਕਵੀ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼ ਆ ਉਹ ਬਾਅਦ ਵਿੱਚ ਲਿਖਿਆ ਗਿਆ। ਅਤੇ ਜਿਹੜੀ ਅੱਜ ਦੀ ਵੀ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਦੇਣ ਦੀ ਜਾਂ ਹੋਰ ਪਰੰਪਰਾ ਆ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਜਾਂ ਇਹ ਕਵੀ ਸੰਤੋਖ ਸਿੰਘ ਦੇ ਗ੍ਰੰਥ ਦੇ ਰਾਹੀਂ ਅੰਗਰੇਜ਼ਾਂ ਦੇ ਵੇਲੇ ਪ੍ਰਚਲਿਤ ਹੋਈ ਜਾਂ ਕੀਤੀ ਗਈ। ਅਤੇ ਗੁਰੂ ਅਰਜਨ ਦੇ ਮੇਰਾ ਇਹ ਜਿੱਦਾਂ ਆਪਣਾ ਮੰਨਣਾ ਹੈਗਾ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਇੱਕੋ ਹੀ ਕਾਰਨ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ। ਅਤੇ ਜਦੋਂ ਉਹਨੇ ਕਰ ਲਿਆ ਗ੍ਰੰਥ, ਅਤੇ ਮੁਗਲਾਂ ਤਾਂ ਸ਼ਿਕਾਇਤਾਂ ਪਹੁੰਚੀਆਂ ਹੋ ਗਈਆਂ ਜਹਾਂਗੀਰ ਤਾਈਂ ਵੀ ਇਹ ਸਾਡੇ ਲਈ ਖਤਰਾ ਹੈਗਾ, ਜੇ ਇਹ ਵਿਚਾਰਧਾਰਾ ਇੱਦਾਂ ਵੱਜਵੇਂ ਰੂਪ 'ਚ ਆ ਗਈ ਲੋਕਾਂ 'ਤੇ ਜਾਊਗੀ ਤਾਂ ਇਹ ਬਗਾਵਤ ਲੋਕ ਕਰਨਗੇ, ਅਤੇ ਇਹਨੂੰ ਬੰਦ ਕੀਤਾ ਜਾਵੇ। ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਕਹਿ ਲਓ ਬੀੜ ਆ, ਆਦਿ ਬੀੜ ਉਸ ਵੇਲੇ ਸੀਗੀ, ਉਹਨੂੰ ਖੋਣ ਲਈ ਜਾਂ ਲੈਣ ਲਈ ਹੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਮੇਰਾ ਇਹ ਯਕੀਨ ਹੈਗਾ। ਅਤੇ ਉਹਨਾਂ ਨੇ ਪਰ ਦਿੱਤੀ ਨਹੀਂ ਅਤੇ ਇਸ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਜੇ ਆਪਾਂ ਹਿਸਟੋਰੀਕਲੀ ਦੇਖੀਏ ਤਾਂ ਜਿੰਨਾ ਕੁ ਸਾਨੂੰ ਸਹੀ ਹਿਸਟਰੀ ਮਿਲਦੀ ਆ, ਅਤੇ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਅਰਜਨ ਦੇਵ ਜੀ ਦੇ ਲਿਖਣ ਤੋਂ ਬਾਅਦ ਉਹ ਕਿੱਥੇ ਉਹਨੇ ਰੱਖਿਆ, ਜਾਂ ਅਗਲੇ ਗੁਰੂ ਸਾਹਿਬ ਨੂੰ ਪਤਾ ਹੋਊ ਜਾਂ ਕੁਛ ਬਹੁਤ ਭਰੋਸੇ ਦੇ ਸਿੱਖ ਜਿਹੜੇ ਉਹਨਾਂ ਨੂੰ ਪਤਾ ਹੋਣਾ, ਪਰ ਹਿਸਟਰੀ ਦੇ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ ਵੀ ਉਹ ਗੁਰੂ ਗ੍ਰੰਥ ਸਾਹਿਬ ਕਿੱਥੇ ਉਹਨੇ ਰੱਖਿਆ, ਅਤੇ ਮੁੜ ਕੇ ਉਹਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਾਣੀ ਮਤਲਬ ਵੀ ਇਹ ਨਹੀਂ ਆਉਂਦਾ ਜ਼ਿਕਰ ਵੀ ਕਦੀ ਉਹਦਾ ਪ੍ਰਕਾਸ਼ ਜਾਂ ਕਿਤੇ ਉਹ ਗੁਰੂ ਗ੍ਰੰਥ ਸਾਹਿਬ ਸੀਗਾ। ਉਹ ਫਿਰ ਉਹਨਾਂ ਨੇ ਲੁਕੋ ਲਿਆ ਕਿਉਂਕਿ ਫਿਰ ਉਹ ਜਿਹੜੀ ਹਕੂਮਤਾਂ ਸੀਗੀਆਂ ਜਾਂ ਪੁਜਾਰੀ ਸੀਗੇ ਉਸੇ ਮਗਰ ਲੱਗੇ ਰਹੇ। ਫਿਰ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆਉਂਦਾ, ਅਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਦੇਖਿਆ ਵੀ ਇੰਨਾ ਜ਼ੁਲਮ ਹੋ ਗਿਆ, ਇੰਨੇ ਭਾਰੀ ਤਸ਼ੱਦਦ ਦੇ ਨਾਲ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਤਾਂ ਫਿਰ ਉਹਨਾਂ ਨੇ ਮਤਲਬ ਸੋਚਿਆ ਵੀ ਹੁਣ ਜੇ ਆਪਾਂ ਸਾਡਾ ਬਚਾਅ ਇਹਦੇ ਵਿੱਚ ਹੀ ਆ ਵੀ, ਕਿਉਂਕਿ ਡਿਕਟੇਟਰਸ਼ਿਪ ਦਾ ਸਮਾਂ ਸੀਗਾ ਵੀ ਜਿਹਦੇ ਜਿੱਦਾਂ ਕਹਿੰਦੇ ਹੁੰਦੇ ਜਿਸ ਕੀ ਲਾਠੀ ਉਸ ਕੀ ਬੈਂਸ, ਵੀ ਜਿਹਦਾ ਜ਼ੋਰ ਚੱਲਦਾ ਸੀ, ਜਿਹਦੇ ਕੋਲ ਹਥਿਆਰ ਸੀ, ਫੌਜਾਂ ਸੀਗੀਆਂ, ਉਹਦਾ ਜ਼ੋਰ ਚੱਲਦਾ ਸੀ। ਤਾਂ ਉਹਨਾਂ ਨੇ ਕਿਹਾ ਵੀ ਜੇ ਅਸੀਂ ਆਪਣੇ ਆਪ ਦਾ ਬਚਾਅ ਕਰਨਾ ਵੀ ਸਾਨੂੰ ਵੀ ਸੈਲਫ ਪ੍ਰੋਟੈਕਸ਼ਨ ਲਈ ਘੱਟੋ ਘੱਟ ਆਪਾਂ ਨੂੰ ਵੀ ਹਥਿਆਰ ਰੱਖਣੇ ਜਾਂ ਫੌਜ ਥੋੜ੍ਹੀ ਬਹੁਤੀ ਤਿਆਰ ਕਰਨੀ ਚਾਹੀਦੀ ਆ। ਅਤੇ ਉੱਥੋਂ ਫਿਰ ਉਹਨਾਂ ਨੇ ਫੌਜ ਤਿਆਰ ਕੀਤੀ ਅਤੇ ਫਿਰ ਉਹਨਾਂ ਦੀਆਂ ਅੱਗੇ ਲੜਾਈਆਂ ਹੋਈਆਂ। ਉਸ ਵੇਲੇ ਦੇ ਜਿਹੜਾ ਬਾਦਸ਼ਾਹ ਸੀਗਾ ਸ਼ਾਹਜਹਾਂ ਉਸ ਵੇਲੇ ਆ ਗਿਆ ਸੀ ਜਹਾਂਗੀਰ ਤੋਂ ਬਾਅਦ, ਅਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਲੜਾਈਆਂ ਉਸ ਏਰੀਏ ਦੇ ਵਿੱਚ ਹੋਈਆਂ। ਅਤੇ ਉਹਨਾਂ ਲੜਾਈਆਂ ਦੇ ਪੀਰੀਅਡ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਤੋਂ ਜਿੱਥੇ ਗੁਰੂ ਕੀ ਬਡਾਲੀ ਕਿਹਾ ਜਾਂਦਾ ਜਾਂ ਉਸ ਏਰੀਏ ਦੇ ਵਿੱਚ ਇੱਧਰ ਉੱਧਰ ਮੂਵ ਕਰਦੇ ਰਹੇ। ਅਤੇ ਉਸ ਪੀਰੀਅਡ ਦੇ ਵਿੱਚ ਜਿਹੜੇ ਧੀਰ ਮੱਲੀਏ ਸੀਗਾ ਪਿਰਥੀ ਚੰਦ ਸੀਗੇ, ਉਹਨਾਂ ਨੇ ਫਿਰ ਜਿਹੜਾ ਇਹਨਾਂ ਦਾ ਸਥਾਨ ਸੀ ਜਿੱਦਾਂ ਪਹਿਲੇ ਗੁਰੂਆਂ ਦੇ ਟਾਈਮ 'ਤੇ ਗੁਰੂ ਨਾਨਕ ਸਾਹਿਬ ਦੇ ਲੜਕੇ ਨੇ ਗੁਰੂ ਅੰਗਦ ਸਾਹਿਬ ਨੂੰ ਉੱਥੇ ਟਿਕਣ ਨਹੀਂ ਦਿੱਤਾ, ਉੱਥੇ ਕਬਜ਼ਾ ਕਰ ਲਿਆ। ਗੁਰੂ ਅੰਗਦ ਦੇਵ ਦੇ ਮੁੰਡਿਆਂ ਨੇ ਖਡੂਰ ਸਾਹਿਬ 'ਤੇ ਕਰ ਲਿਆ, ਗੁਰੂ ਅਮਰਦਾਸ ਜੀ ਦੇ ਮੁੰਡਿਆਂ ਨੇ ਗੋਇੰਦਵਾਲ 'ਤੇ ਕਰ ਲਿਆ, ਇੱਦਾਂ ਹੀ ਫਿਰ ਪਿਰਥੀ ਚੰਦ ਹੁਣੀ ਅੰਮ੍ਰਿਤਸਰ 'ਤੇ ਕਬਜ਼ਾ ਕਰ ਲਿਆ। ਅਤੇ ਜਦੋਂ ਇਹ ਗੁਰੂ ਹਰਗੋਬਿੰਦ ਸਾਹਿਬ ਇੱਧਰੋਂ ਲੜਾਈਆਂ ਤੋਂ ਥੋੜ੍ਹੇ ਵਿਹਲੇ ਹੋਏ ਤਾਂ ਫਿਰ ਉਹਨਾਂ ਨੂੰ ਲੱਗਾ
ਵੀ ਹੁਣ ਇੱਥੇ ਰਹਿਣ ਬਸ ਠੀਕ ਨਹੀਂ, ਕਿਉਂਕਿ ਫਿਰ ਨਹੀਂ ਤਾਂ ਫਿਰ ਇਹਨਾਂ ਨਾਲ ਲੜਾਈ ਹੋਊਗੀ ਅਤੇ ਉਹਨੂੰ ਅਵੋਇਡ ਕਰਨੇ। ਫਿਰ ਉਹ ਬਿਲਕੁਲ ਮਾਝੇ ਤੋਂ ਨਿਕਲ ਕੇ ਮਾਲਵੇ ਵਿੱਚ ਚਲੇ ਗਏ, ਜਿੱਥੇ ਉਹਨੇ ਕੀਰਤਪੁਰ ਵਸਾਇਆ, ਇੱਕ ਸਾਈਡ ਜੇ 'ਤੇ ਬਹਿ ਕੇ ਆਪਾਂ ਆਪਣਾ ਪ੍ਰਚਾਰ ਕਰੀਏ, ਕੰਮ ਕਰੀਏ, ਆਪਣੀ ਪਲੈਨ ਕਰੀਏ, ਅਤੇ ਉਹ ਸਾਈਡ 'ਤੇ ਨਿਕਲ ਗਿਆ। ਫਿਰ ਉਹ ਤੋਂ ਬਾਅਦ ਜਿਹੜੇ ਤਿੰਨ ਗੁਰੂ ਹੋਰ ਹੋਏ ਆ, ਗੁਰੂ ਹਰਿਰਾਏ ਸਾਹਿਬ, ਹਰਕ੍ਰਿਸ਼ਨ ਜੀ ਅਤੇ ਗੁਰੂ ਤੇਗ ਬਹਾਦਰ ਜੀ, ਇਹ ਜਾਂ ਈਵਨ ਗੁਰੂ ਗੋਬਿੰਦ ਸਿੰਘ ਜੀ, ਫਿਰ ਇਹ ਕਦੀ ਵੀ ਹਰਿਮੰਦਰ ਸਾਹਿਬ ਵਾਲੇ ਪਾਸੇ ਨੂੰ ਨਹੀਂ ਆਏ। ਫਿਰ ਇਹ ਸਾਰਾ ਪੀਰੀਅਡ ਧੀਰ ਮੱਲੀਆਂ ਦੇ, ਅਤੇ ਬਾਅਦ ਵਿੱਚ ਮਤਲਬ ਪਹਿਲਾਂ ਪਿਰਥੀ ਚੰਦ, ਫਿਰ ਉਹਨਾਂ ਦੇ ਅੱਗੇ ਫੈਮਿਲੀ 'ਚੋਂ ਫਿਰ ਧੀਰ ਮੱਲੀਏ ਆ ਗਏ, ਵਿੱਚੇ ਸੋਢੀ ਇਹਨਾਂ ਦੇ ਨਾਲ ਰਲ ਗਿਆ, ਅਤੇ ਉਹਨਾਂ ਮਿਹਰਬਾਨ ਬੜੇ ਇਹ ਸਾਰੇ, ਜਿੱਦਾਂ ਜਿਨ੍ਹਾਂ ਨੂੰ ਆਪਾਂ ਅੱਜ ਰਾਮ ਰਾਈਏ, ਮੀਣੇ, ਮਸੰਦ, ਸਾਰੇ ਉਹ ਇਕੱਠੇ ਹੋ ਗਏ ਸੀਗੇ। ਅਤੇ ਇਹ ਜਿੱਦਾਂ ਸਾਰੇ ਰਲ ਕੇ ਫਿਰ ਇਹਨਾਂ ਨੇ ਉੱਥੇ ਕਬਜ਼ਾ ਕਰ ਲਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਤੱਕ। ਇੱਕ ਵਾਰੀ ਇਤਿਹਾਸ 'ਚ ਆਉਂਦਾ ਵੀ ਗੁਰੂ ਤੇਗ ਬਹਾਦਰ ਜੀ ਉਸ ਏਰੀਏ 'ਚ ਗਏ, ਜਾਂ ਉਹਨਾਂ ਨੇ ਸੋਚਿਆ ਵੀ ਉਹ ਆਪਾਂ ਜਗ੍ਹਾ ਦੇਖੀਏ ਜਿੱਥੇ ਉਹ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਆ, ਅਤੇ ਆਉਂਦਾ ਵੀ ਉਹਨਾਂ ਨੂੰ ਉੱਥੇ ਵੜਨ ਨਹੀਂ ਦਿੱਤਾ ਗਿਆ, ਅਤੇ ਉੱਥੇ ਇਹ ਵੀ ਆਉਂਦਾ ਵੀ ਗੋਲੀ ਵੀ ਚਲਾਈ, ਪਰ ਕਹਿਣ ਤੋਂ ਭਾਵ ਉਹ ਮੁੜ ਕੇ ਆਏ ਨਹੀਂ। ਤਾਂ ਇਹ ਸਾਰਾ ਜਿਹੜਾ ਮਤਲਬ ਬਾਅਦ ਵਿੱਚ ਸੈਂਟਰ ਬਣਿਆ, ਇਹ ਇਹਨਾਂ ਦਾ ਜਿਹੜੇ ਵਿਰੋਧੀ ਸੀਗੇ ਗੁਰੂਆਂ ਦੇ, ਉਹਨਾਂ ਦਾ ਇਹ ਸੈਂਟਰ ਉਹਨੇ ਬਣਾ ਲਿਆ। ਅਤੇ ਉਹ ਜਿਹੜਾ ਪੀਰੀਅਡ ਆ ਉਹਦੇ ਵਿੱਚ ਫਿਰ ਉਹਨਾਂ ਨੇ, ਜੇ ਆਪਾਂ ਕੱਤਕ ਵਿਸਾਖ ਕਿਤਾਬ ਪੜ੍ਹਦੇ ਹਾਂ ਭਾਈ ਕਰਮ ਸਿੰਘ ਹਿਸਟੋਰੀਅਨ ਦੀ, ਅਤੇ ਉਹਨਾਂ ਦਾ ਜੋ ਜਿੱਦਾਂ ਉਹਨੇ ਮਤਲਬ ਆਪਾਂ ਤਾਂ ਜਨਰਲ ਜੇ ਗੱਲ ਕਰਦੇ ਹਾਂ, ਪਰ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਖੋਜ ਕਰਕੇ ਉਹ ਕਿਤਾਬ ਲਿਖੀ ਸੀਗੀ, ਅਤੇ ਵੀ ਕਿੱਦਾਂ ਦੀ ਲਿਖਾਈ ਸੀ, ਕਿੱਦਾਂ ਦੀ ਬੋਲੀ ਪ੍ਰਚਲਿਤ ਸੀਗੀ ਉਸ ਵੇਲੇ, ਤਾਂ ਉਹਨਾਂ ਨੇ ਇਹ ਸਾਬਿਤ ਕੀਤਾ ਸਾਬਿਤ ਕਿ ਜਿਹੜੀ ਭਾਈ ਬਾਲੇ ਵਾਲੀ ਸਾਖੀ ਆ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ 'ਚ ਜਾਂ ਉਸ ਟਾਈਮ ਦੇ ਵਿੱਚ ਕਿਤੇ ਲਿਖੀ ਗਈ ਆ, ਕਹਿ ਲਓ 150 ਸਾਲ ਬਾਅਦ, ਅਤੇ ਉਹਦੀ ਬੋਲੀ ਦੇ ਹਿਸਾਬ ਨਾਲ ਉਹਦੇ ਪਾਤਰਾਂ ਦੇ ਹੋਰ ਗੱਲਾਂ ਦੇ ਉਹਨਾਂ ਨੇ ਫਿਰ ਉੱਦਾਂ ਦੀਆਂ ਗੱਲਾਂ, ਜਾਣੀ ਉਹ ਇੱਕ ਨਿਰੰਜਣੀਏ ਹੈਗੇ ਆ, ਅਤੇ ਜਿਨ੍ਹਾਂ ਜਿਹੜੇ ਉਹ ਵੀ ਗੁਰੂ ਘਰ ਦੇ ਵਿਰੋਧੀ ਸੀ ਗੁਰੂਆਂ ਦੇ, ਉਹਨਾਂ ਨੇ ਉਹ ਕਰਮ ਸਿੰਘ ਹਿਸਟੋਰੀਅਨ ਮੁਤਾਬਕ ਇਹ ਲਿਖਾਈ ਗਈ ਸੀਗੀ। ਅਤੇ ਉਹਦੇ ਵਿੱਚ ਜੋ ਵੀ ਗੁਰੂ ਨਾਨਕ ਸਾਹਿਬ ਦੇ ਬਾਰੇ ਆਪਾਂ ਪੜ੍ਹਦੇ ਹਾਂ, ਵੀ ਜਿੰਨੀਆਂ ਵੀ ਸਾਖੀਆਂ ਜਿਨ੍ਹਾਂ ਦਾ ਅੱਜ ਵਿਵਾਦ ਰਹਿੰਦਾ, ਕਰਾਮਾਤੀ ਸਾਖੀਆਂ ਦਾ, ਉਹ ਸਾਰੀਆਂ ਉਹਦੇ ਵਿੱਚ ਲਿਖੀਆਂ ਆ। ਗੁਰਬਾਣੀ 'ਚ ਕਿਤੇ ਵੀ ਇੱਦਾਂ ਦੀ ਗੁਰੂ ਨਾਨਕ ਸਾਹਿਬ ਨਾਲ ਸੰਬੰਧੀ ਕੋਈ ਸਾਖੀ ਨਹੀਂ ਆਪਾਂ ਨੂੰ ਮਿਲਦੀ, ਅਤੇ ਨਾ ਹੀ ਜੋ ਉਹਨਾਂ ਨੇ ਜੀਵਨ 'ਚ ਘਟਨਾਵਾਂ ਵਾਪਰੀਆਂ। ਕੁਛ ਕੁ ਨੂੰ ਛੱਡ ਕੇ ਮੋਸਟਲੀ ਉਹਨੇ ਕਿਤੇ ਵੀ ਜ਼ਿਕਰ ਨਹੀਂ ਕੀਤਾ, ਉਹਨੇ ਸਿੱਧਾ ਪੁਜਾਰੀਆਂ ਅਤੇ ਰਾਜਸੀ ਆਗੂਆਂ 'ਤੇ ਅਟੈਕ ਕੀਤਾ, ਉਹਨਾਂ ਦੀ ਵਿਚਾਰਧਾਰਾ 'ਤੇ, ਉਹਨਾਂ ਦੇ ਜੋ ਉਹ ਕੰਮ ਕਰਦੇ ਸੀ ਸਮਾਜ ਵਿਰੋਧੀ, ਧਰਮ ਵਿਰੋਧੀ, ਉਹਨਾਂ 'ਤੇ ਉਹਨੇ ਗੱਲ ਕੀਤੀ ਆ, ਅਤੇ ਨਹੀਂ ਤਾਂ ਹੋਰ ਨਹੀਂ ਉਹਨਾਂ ਨੇ ਗੱਲ ਕੀਤੀ। ਅਤੇ ਇਹ ਜਿਹੜੀ ਜਨਮ ਸਾਖੀ, ਇਹ ਕਰਮ ਸਿੰਘ ਹਿਸਟੋਰੀਅਨ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਜਦੋਂ ਇਹ ਅੰਮ੍ਰਿਤਸਰੋਂ ਛੱਡ ਕੇ ਉੱਧਰ ਚੱਲ ਗਏ, ਫਿਰ ਇਹ ਜਿਹੜੇ ਪਿਰਥੀ ਚੰਦ ਹੋਣੀ ਆ ਜਾਂ ਸ਼੍ਰੀ ਚੰਦ ਜਾਂ ਬਾਕੀ ਜਿਹੜੇ ਗੁਰੂਆਂ ਦੇ ਲੜਕੇ ਸੀ ਜਿਹੜੇ ਵਿਰੋਧ ਦੇ ਵਿੱਚ ਖੜ੍ਹੇ ਸੀਗੇ, ਸਾਰੇ ਪਰਿਵਾਰ ਉਹਨਾਂ ਦੇ, ਤੁਸੀਂ ਜਦੋਂ ਹੁਣ ਅੱਗੇ ਆਪਾਂ ਇਹਦੇ ਬਾਰੇ ਵਿਚਾਰ ਕਰਾਂਗੇ ਵੀ ਜਿੰਨੇ ਜਿੱਦਾਂ ਸੋਢੀ ਪਰਿਵਾਰ ਆਪਾਂ ਕਹਿੰਦੇ ਹਾਂ, ਜਿੱਦਾਂ
ਬੇਦੀ ਪਰਿਵਾਰ ਕਹਿੰਦੇ ਆ। ਅੱਜ ਵੀ ਜਿਹੜਾ ਬੇਦੀ ਆ ਉਹਨਾਂ ਦਾ ਵੱਖਰਾ ਹੀ ਅੱਜ ਵੀ ਡੇਰਾ ਚੱਲਦਾ, ਅਤੇ ਕਿਸੇ ਟਾਈਮ ਅੰਗਰੇਜ਼ਾਂ ਦੇ ਟਾਈਮ, ਅੰਗਰੇਜ਼ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਜਿਹੜੇ ਬੇਦੀ ਸੀਗੇ ਗੁਰੂ ਅਰਜਨ ਗੁਰੂ ਨਾਨਕ ਸਾਹਿਬ ਦੀ ਕੁੱਲ ਦੇ ਵਿੱਚੋਂ ਕਹਿੰਦੇ ਸੀ, ਜਾਂ ਉਹਨਾਂ ਦੇ ਪਰਿਵਾਰ 'ਚੋਂ ਇੱਕ ਤਾਂ ਉਦਾਸੀ ਬਣੇ ਹੋਏ ਸੀਗੇ, ਇੱਕ ਇਹਨਾਂ ਨੇ ਆਪਣੀ ਗੱਦੀ ਚਲਾ ਲਈ ਹੋਈ ਸੀਗੀ, ਤਾਂ ਉਹ ਆਪਣੇ ਕਲਗੀਆਂ ਲਾਉਂਦੇ ਸੀਗੇ, ਮਤਲਬ ਗੁਰੂ ਬਣ ਕੇ ਉਹ ਵੀ ਬਹਿੰਦੇ ਸੀਗੇ, ਤਾਂ ਇਹ ਇੱਕ ਵੱਖਰੀ ਉਹਨਾਂ ਦੀ ਅੱਜ ਵੀ ਜਿਹੜੇ ਉਨੇ ਦੇ ਵਿੱਚ ਮਤਲਬ ਉਹਨਾਂ ਦੀ ਗੱਦੀ ਅੱਜ ਵੀ ਚੱਲਦੀ ਆ, ਅਤੇ ਸੰਤ ਸਮਾਜ ਜਿਹੜਾ ਬਣਿਆ ਉਹਦੇ ਵਿੱਚ ਉਹਨਾਂ ਦੇ ਵੀ ਸੰਤ ਹੁੰਦੇ ਆ, ਅਤੇ ਇਹ ਸਾਰੇ ਰਲ ਗਏ। ਫਿਰ ਇੱਕ ਟਾਈਮ 'ਤੇ ਜਿੱਦਾਂ ਗੁਰੂ ਅਮਰਦਾਸ ਜੀ ਦੇ ਸਮੇਂ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਦੇ ਲਈ ਪਲੈਨ ਕੀਤਾ ਵੀ ਕਿ ਉਹਨਾਂ ਵੀ ਆਪਾਂ ਬੰਦਿਆਂ ਨੂੰ ਭੇਜੀਏ, ਵੀ ਜਿੱਦਾਂ ਗੁਰੂ ਨਾਨਕ ਸਾਹਿਬ ਤਾਂ ਆਪ ਘੁੰਮਦੇ ਰਹੇ, ਵੀ ਆਪਾਂ ਇੱਕ ਜਗ੍ਹਾ ਸੈਂਟਰ ਬਣਾਈਏ ਅਤੇ ਉੱਥੋਂ ਜਿਹੜੇ ਬੰਦੇ ਆਪਣੀ ਵਿਚਾਰਧਾਰਾ ਵਾਲੇ ਉਹ ਬਾਹਰ ਭੇਜੀਏ, ਤਾਂ ਉਹਨਾਂ ਨੇ ਮੰਜੀਆਂ ਸਥਾਪਿਤ ਕੀਤੀਆਂ। ਫਿਰ ਉਹ ਮੰਜੀਆਂ ਦਾ ਭਾਵ ਇਹ ਸੀਗਾ ਵੀ ਮਤਲਬ ਉਹ ਬੰਦੇ ਮੁਕਰਰ ਕੀਤੇ, ਫਿਰ ਉਹ ਤੋਂ ਬਾਅਦ ਉਹਨਾਂ ਦੇ ਅੱਗੇ ਐਕਸਪੈਂਡ ਕਰਨ ਨੂੰ ਉਹਨੂੰ ਪੀੜੇ ਕਹਿੰਦੇ ਸੀ, ਪੀੜੇ ਸਥਾਪਿਤ ਕੀਤੇ, ਫਿਰ ਉਹ ਤੋਂ ਬਾਅਦ ਫਿਰ ਮਸੰਦ ਬਣਾਏ ਵੀ ਜਿਹੜੇ ਬਾਹਰ ਦੂਰ ਦੂਰ ਤੱਕ ਪ੍ਰਚਾਰਕ ਜਾਂਦੇ ਸੀਗੇ, ਪਰ ਉਹ ਮਸੰਦ ਵੀ ਬਾਅਦ ਵਿੱਚ ਫਿਰ ਉਹਨਾਂ ਦੇ ਨਾਲ ਇਹ ਰਲ ਗਏ, ਅਤੇ ਇਸੇ ਕਰਕੇ ਉਹ ਪ੍ਰਥਾ ਵੀ ਇਹਨਾਂ ਨੇ ਮੰਜੀਆਂ ਵਾਲੀ ਬੰਦ ਕਰਨੀ ਪਈ, ਪੀੜੀਆਂ ਵਾਲੀ ਵੀ ਅਤੇ ਮਸੰਦਾਂ ਵਾਲੀ ਵੀ, ਕਿਉਂਕਿ ਜਿਹੜੀ ਅਸਟੈਬਲਿਸ਼ਮੈਂਟ ਸੀਗੀ ਇੱਕ ਤਾਂ ਰਾਜਸੀ ਅਸਟੈਬਲਿਸ਼ਮੈਂਟ ਜਿਹੜੀ ਸੀਗੀ ਉਹ ਮਤਲਬ ਬਹੁਤ ਸਟਰੋਂਗ ਸੀ, ਜ਼ਾਲਮ ਵੀ ਸੀਗੀ ਅਤੇ ਹਮਲਾਵਰ ਵੀ ਸੀਗੀ, ਕਿਉਂਕਿ ਉਹ ਵਿਦੇਸ਼ੀ ਹਮਲਾਵਰ ਆਏ ਹੋਏ ਸੀਗੇ, ਅਤੇ ਜਿਹੜੇ ਬ੍ਰਾਹਮਣ ਆ ਉਹਦੇ ਮਤਲਬ ਜਿਹੜੀ ਕਹਿ ਲਓ ਸੁਪਰਮੇਸੀ ਆ ਉਹ ਵੀ ਬੜੀ ਸਟਰੋਂਗ ਸੀਗੀ। ਜੇ ਆਪਾਂ ਇਹਦੇ ਵਿੱਚ ਆਪਣੇ ਕੋਲ ਟਾਈਮ ਨਹੀਂ, ਆਪਾਂ ਕਿਸੇ ਵੱਖਰੀ ਵੀਡੀਓ 'ਚ ਗੱਲ ਕਰਾਂਗੇ ਕਿ ਕਿੰਨੇ ਜਾਣੀ ਘਿਨਾਉਣੇ ਔਰ ਕਰੂਰ ਜਿਹਨੂੰ ਕਹਿ ਦਿੰਦੇ ਆ ਬਰੂਟਲ ਜਿਹੜੇ ਉਹਨੇ ਜ਼ੁਲਮ ਜਾਤ ਪਾਤ ਦੇ ਨਾਂ 'ਤੇ ਲੋਕਾਂ ਦੇ ਉੱਤੇ ਕੀਤੇ, ਔਰਤਾਂ ਦੇ ਉੱਤੇ ਕੀਤੇ, ਅਤੇ ਮਤਲਬ ਜਿਹੜੇ ਅਨਟਚੇਬਲ ਲੋਕ ਸੀਗੇ ਉਹਨਾਂ ਨੂੰ ਜਾਣੀ ਆਪਾਂ ਅੱਜ ਮਤਲਬ ਪਸ਼ੂ ਜਿਹੜੇ ਆ ਉਹ ਵੀ ਬਹੁਤ ਵਧੀਆ ਬੰਦਿਆਂ, ਕਈ ਤਾਂ ਜਾਨਵਰ ਜਿੱਦਾਂ ਪੈਟ ਜਿਹੜੇ ਆ ਉਹ ਬੰਦਿਆਂ ਤੋਂ ਵੀ ਜ਼ਿਆਦਾ ਉਹਨਾਂ ਦੀ ਬੰਦੇ ਕੇਅਰ ਕਰਦੇ ਆ, ਪਰ ਉਹਨਾਂ ਦਾ ਜੀਵਨ ਇੰਨਾ ਨੀਵੇਂ ਪੱਧਰ ਦਾ ਕਰਤਾ ਸੀ ਵੀ ਉਹਨਾਂ ਦਾ ਕੋਈ ਰਾਈਟ ਨਹੀਂ ਸੀਗਾ ਛੱਡਿਆ ਉਹਨਾਂ ਦੇ ਕੋਲ, ਅਤੇ ਉਹ ਜਿਹੜੇ ਲੋਕ ਸੀ ਜਿਨ੍ਹਾਂ ਨੇ ਐਡੀ ਸਰਦਾਰੀ ਆਪਣੀ ਬਣਾਈ ਹੋਈ ਸੀ ਉਹ ਕਦੀ ਵੀ ਨਹੀਂ ਸੀ ਚਾਹੁੰਦੇ ਵੀ ਇੱਦਾਂ ਦਾ ਕੋਈ ਬੰਦਾ ਗੁਰੂ ਨਾਨਕ ਵਰਗਾ ਆ ਜਾਵੇ ਜਿਹੜਾ ਇੰਨਾ ਖਤਰਨਾਕ ਹੋਵੇ ਵੀ ਸਾਡੀਆਂ ਸਭ ਪਰੰਪਰਾਵਾਂ, ਸਭ ਮਰਿਆਦਾਵਾਂ, ਸਭ ਜੋ ਕੁਛ ਵੀ ਉਹ ਕਹਿੰਦਾ ਸੀ ਸਭ ਨੂੰ ਰੱਦ ਕਰੀ ਜਾਂਦਾ ਸੀਗਾ, ਉਹਨਾਂ ਦੇ ਰੱਬਾਂ ਨੂੰ ਵੀ ਰੱਦ ਕਰਤਾ, ਉਹਨਾਂ ਦੇ ਦੇਵੀ ਦੇਵਤਿਆਂ ਨੂੰ ਰੱਦ ਕਰ ਦਿੱਤਾ, ਉਹਨਾਂ ਦਾ ਜਿਹੜਾ ਬੇਸਿਕ ਪਿੱਲਰ ਸੀਗਾ ਵਰਨ ਆਸ਼ਰਮ ਉਹਨੂੰ ਰਿਜੈਕਟ ਕਰਤਾ, ਭਾਈ ਮਰਦਾਨਾ ਜੀ ਨੂੰ ਜਿਹੜਾ ਅਨਟਚੇਬਲ ਅਛੂਤ ਸੀਗਾ ਉਹਨੂੰ ਆਪਣਾ ਭਾਈ ਬਣਾ ਕੇ ਨਾਲ ਤੁਰ ਪਏ, ਅਤੇ ਉਹਦੇ ਕਰਕੇ ਫਿਰ ਇਹ ਹੋਇਆ ਵੀ ਜਿਹੜੇ ਹੁਣ ਦੇਖੋ ਗੁਰੂ ਨਾਨਕ ਸਾਹਿਬ ਦੇ ਘਰੋਂ ਉਹਨਾਂ ਨੇ ਮੁੰਡੇ ਇਹ ਸਾਰੇ ਫੈਮਲੀਆਂ ਸੋਢੀ ਬੇਦੀ ਭੱਲੇ ਫਿਰ ਆਪਣੇ ਇਹਨਾਂ ਦੇ ਉਦਾਸੀ ਮਤ ਚਲਾ ਲਿਆ, ਫਿਰ ਨਿਰੰਜਣੀਏ ਆ ਗਏ, ਨਕਸ਼ਬੰਦੀਏ ਆ ਗਏ, ਜਾਣੀ ਸਾਰੇ ਪਾਸੇ ਉਹਨਾਂ ਨੇ ਘੇਰਾਬੰਦੀ ਕਰ ਲਈ ਗੁਰੂਆਂ ਦੀ ਵਿਚਾਰਧਾਰਾ 'ਤੇ, ਅਤੇ ਹੁਣ ਉਹ ਬੜੀ ਡਿਫੈਂਸਿਵ ਲੜਾਈ ਗੁਰੂ ਸਾਹਿਬ ਆਪਣੇ ਢੰਗ ਨਾਲ ਆਪਣੇ ਵਿਚਾਰ ਨੂੰ ਮੁੱਖ ਰੱਖ ਕੇ ਵੀ ਕਰਦੇ ਰਹੇ ਵੀ ਤਾਂ ਕਿ ਵਿਚਾਰਧਾਰਾ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਚੀ ਰਹੇ ਚੱਲਦੀ ਰਹੇ, ਪਰ
ਉਹ ਇਹਨਾਂ ਨੇ ਹੁਣ ਕੀ ਕੀਤਾ ਸੀਗਾ ਵੀ ਇੱਕ ਤਾਂ ਮੁਗਲਾਂ ਦੇ ਕੋਲ ਸ਼ਿਕਾਇਤਾਂ ਕਰਕੇ ਕੌਨਫਲਿਕਟ ਉਹਨਾਂ ਦੇ ਨਾਲ ਵਧਾਈ ਜਾਂਦੇ ਸੀਗੇ, ਅਤੇ ਦੂਜੇ ਪਾਸੇ ਉਹ ਗ੍ਰੰਥ ਉਹਨਾਂ ਨੇ ਲਿਖਣੇ ਸ਼ੁਰੂ ਕਰਤੇ ਸੀ ਪੈਰਲਲ। ਜਿਹੜਾ ਪਹਿਲਾ ਗ੍ਰੰਥ ਆ ਇਹਨਾਂ ਦਾ ਲਿਖਿਆ ਉਹ ਉਸ ਪੀਰੀਅਡ 'ਚ ਉਹ ਹੈਗਾ ਬਾਲੇ ਵਾਲੀ ਸਾਖੀ, ਅਤੇ ਜਿਹੜਾ ਦੂਜਾ ਗ੍ਰੰਥ ਆ ਉਹ ਹੈਗੀ ਮਿਹਰਬਾਨ ਵਾਲੀ ਸਾਖੀ, ਫਿਰ ਇੱਕ ਹੋਰ ਬਾਅਦ 'ਚ ਲਿਖਿਆ ਜਿਹਨੂੰ ਬਲੈਤ ਵਾਲੀ ਸਾਖੀ ਵੀ ਕਿਹਾ ਜਾਂਦਾ, ਅਤੇ ਫਿਰ ਉਹਨਾਂ ਨੇ ਜਿਹੜੀ ਗੁਰਬਿਲਾਸ ਪਾਤਸ਼ਾਹ ਛੇਵੀਂ ਜਿਹੜੀ ਆ ਉਹ ਲਿਖੀ ਆ, ਫਿਰ ਬਾਅਦ 'ਚ ਗੁਰਬਿਲਾਸ ਦਸਵੀਂ ਵੀ ਲਿਖੀ ਬਾਅਦ 'ਚ, ਉਹ 18ਵੀਂ ਸਦੀ 'ਚ ਜਾ ਕੇ ਲਿਖੀ ਗਈ। ਅਤੇ ਹੁਣ ਉਹਨਾਂ ਨੇ ਇਸ ਢੰਗ ਦੇ ਨਾਲ ਕਬਜ਼ਾ ਕਰ ਲਿਆ ਸੀਗਾ ਸਿੱਖੀ ਦੇ ਉੱਤੇ ਵੀ ਜਦ ਤੱਕ ਤਾਂ ਗੁਰੂ ਸਾਹਿਬ ਆਪ ਰਹੇ, ਅਤੇ ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ, ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ ਜੀ ਤੱਕ, ਜੇ ਆਪਾਂ ਮਤਲਬ ਆਪਣਾ ਇਤਿਹਾਸ ਅਜੇ ਉੱਧਰ ਨੂੰ ਆਪਾਂ ਖੋਜ ਕੀਤੀ ਨਹੀਂ, ਜਾਂ ਅਜੇ ਸਾਡੇ ਵਿਦਵਾਨ ਜਿੱਦਾਂ ਆਪਣੇ ਕੋਲ ਵਿਦਵਾਨ ਇਹ ਪਹਿਲਾਂ ਤਾਂ ਹੈ ਨਹੀਂ, ਜਿਹੜੇ ਹੈਗੇ ਆ ਜੇ ਤੁਸੀਂ ਉਹਨਾਂ ਦਾ ਮਿਆਰ ਦੇਖੋ ਤਾਂ ਉਹ ਮਤਲਬ ਸਟੈਬਲਿਸ਼ ਹੋ ਗਿਆ ਆ ਕਿਸੇ ਢੰਗ ਨਾਲ ਕਿਤਾਬਾਂ ਕਤੂਬਾਂ ਲਿਖ ਕੇ, ਤਾਂ ਉਹਨਾਂ ਦਾ ਜਿਹੜਾ ਕਿਤਾਬਾਂ ਲਿਖਣ ਦਾ ਵੀ ਢੰਗ ਇਹ ਹੀ ਆ ਵੀ ਜਿਹੜੀਆਂ ਮੈਂ ਕਿਤਾਬਾਂ ਚਾਰ ਪੰਜ ਗ੍ਰੰਥ ਉਹਨਾਂ ਨੇ ਲਿਖੇ ਸੀ ਉਹਨਾਂ ਨੂੰ ਹੀ ਉਹ ਕਾਪੀ ਪੇਸਟ ਜਿਹਾ ਕਰ ਲੈਂਦੇ, ਜਾਂ ਮਾੜੀ ਮੋਟੀ ਆਪਣੇ ਇੱਧਰ ਉੱਧਰ ਤੁਰ ਤੀਰ ਤੁੱਕਾ ਜਿਹਾ ਲਾ ਕੇ, ਮਾੜਾ ਜਿਹਾ ਲੌਜਿਕ ਲਾ ਕੇ ਅਤੇ ਕਿਤਾਬਾਂ ਲਿਖ ਕੇ ਉਹ ਵਿਦਵਾਨ ਬਣੇ ਸੀ, ਪਰ ਕੋਈ ਬਹੁਤਾ ਉੱਚ ਕੋਟੀ ਦਾ ਵਿਦਵਾਨ ਸਿੱਖਾਂ ਦੇ ਵਿੱਚ ਕੋਈ ਖਾਸ ਨਹੀਂ ਪੈਦਾ ਹੋਇਆ। ਜੇ ਆਪਾਂ ਪਿਛਲੀ ਸਦੀ 'ਚ ਦੇਖ ਲਈਏ, 20ਵੀਂ ਸਦੀ ਜਿਹੜੀ ਲੰਘੀ ਆ ਉਹਦੇ ਵਿੱਚ ਜੇ ਸਾਨੂੰ 2-4 ਵਿਦਵਾਨ ਸਾਨੂੰ ਦੇਖਦੇ ਆ, ਭਾਈ ਕਾਨ ਸਿੰਘ ਨਾਭਾ ਹੋ ਗਿਆ, ਕਰਮ ਸਿੰਘ ਹਿਸਟੋਰੀਅਨ, ਉਹਨਾਂ ਦੀ ਵੀ ਕੋਈ ਕਿਤਾਬ ਆ ਜਿਹੜੀ ਜ਼ਿਆਦਾ ਪੋਪੂਲਰ ਹੈਗੀ ਆ, ਅਤੇ ਜਿਹੜੇ ਗਿਆਨੀ ਦਿੱਤ ਸਿੰਘ ਵਗੈਰਾ ਹੋਏ ਆ ਉਹਨਾਂ ਦੀਆਂ ਵੀ 1-2 ਕਿਤਾਬਾਂ ਹੈਗੀਆਂ, ਅਤੇ ਉਹ ਤੋਂ ਇਲਾਵਾ ਤੁਹਾਨੂੰ ਕੋਈ ਬਹੁਤ ਜ਼ਿਆਦਾ ਜਿੱਦਾਂ ਪ੍ਰੋਫੈਸਰ ਗੰਡਾ ਸਿੰਘ ਸੀਗੇ, ਅਤੇ ਜਾਂ ਮਤਲਬ ਜਿੱਦਾਂ ਸਤਵੀਰ ਸਿੰਘ ਨੇ ਬਹੁਤ ਕਿਤਾਬਾਂ ਲਿਖੀਆਂ, ਪਰ ਉਹ ਮੱਖੀ 'ਤੇ ਮੱਖੀ ਮਾਰੀਏ ਤੁਹਾਨੂੰ ਕੁਛ ਨਹੀਂ ਉਹ 'ਚ ਲੱਭਦਾ, ਇਹ ਕਿਤਾਬਾਂ ਨੂੰ ਸਰਲ ਭਾਸ਼ਾ 'ਚ ਉਹਨੇ ਲਿਖਿਆ ਆ, ਅਤੇ ਕੋਈ ਬਹੁਤ ਜ਼ਿਆਦਾ ਤੁਹਾਨੂੰ ਕੋਈ ਵਿਦਵਾਨ ਲੱਭਦੇ ਨਹੀਂ, ਅਤੇ ਜਿਹੜੇ ਲੱਭਦੇ ਵੀ ਸੀਗੇ ਤਾਂ ਉਹ ਕੋਈ ਬਹੁਤੀ ਮਿਹਨਤ ਨਹੀਂ ਸੀ ਕਰਦੇ, ਕੋਈ ਇਸ ਐਂਗਲ ਤੋਂ ਨਹੀਂ ਸੀ ਲਿਖਦੇ ਵੀ ਜਿਹੜੀ ਸਾਡੀ ਵਿਚਾਰਧਾਰਾ 'ਤੇ ਕਾਗਜ਼ ਵਿਰੋਧੀ ਸੀਗੇ ਵੀ ਉਹਨਾਂ ਨੇ ਕਿਤਾਬਾਂ ਲਿਖੀਆਂ ਆ, ਵੀ ਜਦੋਂ ਵਿਰੋਧੀ ਨੇ ਲਿਖੀਆਂ ਉਹਨੂੰ ਆਪਣੇ ਪੁਆਇੰਟ ਆਫ ਵਿਊ ਤੋਂ ਲਿਖੀਆਂ ਹੋਗੀਆਂ, ਵੀ ਆਪਾਂ ਉਹਨੂੰ ਕ੍ਰਿਟੀਕਲ ਅਨਾਲਿਸਿਸ ਕਰਕੇ, ਗੁਰਬਾਣੀ ਸਾਡੇ ਕੋਲ ਕਸਵੱਟੀ ਸੀਗੀ ਜਿਹੜੀ ਸਾਡੇ ਕੋਲ ਵਿਚਾਰਧਾਰਾ ਉਹ ਕਲਮਬੰਦ ਕਰ ਗਿਆ ਸੀ, ਵੀ ਉਹਨੂੰ ਨਾਲ ਰੱਖਦੇ ਅਤੇ ਉਹਦੇ ਰੌਸ਼ਨੀ ਦੇ ਵਿੱਚ ਕਿਤਾਬਾਂ ਇਤਿਹਾਸ ਨੂੰ ਲਿਖਦੇ ਜਾਂ ਸਾਖੀਆਂ ਨੂੰ, ਫਿਰ ਮਤਲਬ ਇੱਕ ਡਿਫਰੈਂਟ ਸਿਚੁਏਸ਼ਨ ਹੋਣੀ ਸੀ। ਪਰ ਉਹਨਾਂ ਨੇ ਕੋਈ ਖਾਸ, ਜਿੰਨਾ ਕੁ ਮੈਂ ਜਾਣਦਾ ਵੀ ਕੋਈ ਮੈਨੂੰ ਤਾਂ ਨਹੀਂ ਲੱਗਾ ਕੋਈ ਬਹੁਤਾ ਕੋਈ ਸਾਨੂੰ ਇਤਿਹਾਸ 'ਚ ਮਿਲਦਾ, ਅਤੇ ਜਿਹੜੇ ਇਤਿਹਾਸ ਆਪਾਂ ਨੂੰ ਮਿਲਦੇ ਬਾਅਦ ਵਿੱਚ ਦੇ ਹੋਣ, ਮਹਾਰਾਜਾ ਰਣਜੀਤ ਸਿੰਘ ਅਤੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਸਮਾਪਤ ਹੁੰਦਾ ਅਤੇ ਉਹ ਤੋਂ ਬਾਅਦ ਬੰਦਾ ਬਹਾਦਰ ਆਉਂਦੇ ਆ, ਅਤੇ ਹੁਣ ਬੰਦਾ ਬਹਾਦਰ ਦਾ ਵੀ ਜਿਹੜਾ ਇਤਿਹਾਸ ਹੁਣ ਥੋੜ੍ਹਾ ਥੋੜ੍ਹਾ ਸਾਹਮਣੇ ਆਇਆ, ਨਹੀਂ ਤਾਂ ਪਹਿਲਾਂ ਬੰਦਾ ਬਹਾਦਰ ਨੂੰ ਹੀ ਨਹੀਂ ਟੋਟਲੀ ਰਿਜੈਕਟ ਕੀਤਾ ਸੀਗਾ, ਕਿਉਂਕਿ ਉਹਨਾਂ ਦੇ ਹਿਸਾਬ ਨਾਲ ਵੀ ਜਿਹੜਾ ਹੋਰ ਸਭ ਤੋਂ ਵੱਧ ਖਤਰਨਾਕ ਬੰਦਾ ਸੀਗਾ ਉਹ ਬੰਦਾ ਬਹਾਦਰ ਸੀਗਾ, ਉਹਨੂੰ ਜਿੰਨੇ ਵੀ ਢੰਗ ਨਾਲ ਉਹਨੂੰ ਕਹਿ ਲਓ ਵੀ ਪਿੱਛੇ ਸੁੱਟਿਆ ਜਾ ਸਕਦਾ ਸੀ, ਉਹਨੂੰ ਕੰਡੈਮ ਕੀਤਾ ਜਾ ਸਕਦਾ, ਇਸ ਢੰਗ ਦੀਆਂ ਸਾਖੀਆਂ ਕਹਾਣੀਆਂ ਉਹਦੇ ਘੜੀਆਂ ਸੀਗੀਆਂ,
ਤੇ ਹੁਣ ਥੋੜਾ ਥੋੜਾ ਇਤਿਹਾਸ ਸਾਹਮਣੇ ਆ ਰਿਹਾ ਵੀ ਕਿੱਦਾਂ ਇਹ ਸਾਰੇ ਜਿਹੜੇ ਸੀਗੇ ਗੁਰੂਆਂ ਦੇ ਪਰਿਵਾਰ, ਜਿੱਦਾਂ ਮੈਂ ਇੱਕ ਪਹਿਲੀ ਵੀਡੀਓ 'ਚ ਕਿਹਾ ਸੀ ਵੀ ਜਦੋਂ ਇਹ ਕਹਿੰਦੇ ਗੁਰੂ ਕਿਆਂ, ਗੁਰੂ ਕਿਆਂ ਦਾ ਮਤਲਬ ਗੁਰੂਆਂ ਦੀਆਂ ਫੈਮਲੀਆਂ, ਅਤੇ ਤਕਰੀਬਨ 90% ਫੈਮਲੀਆਂ ਸਿੱਖੀ ਦੇ ਗੁਰੂਆਂ ਦੇ ਉਲਟ ਭੁਗਤੀਆਂ ਸਾਰਾ ਇਹਨਾਂ ਦੇ ਇਤਿਹਾਸ ਦੇ ਵਿੱਚ। ਅਤੇ ਜਿਹੜੇ ਵੀ ਬੰਦੇ ਗੁਰੂਆਂ ਦੇ ਹੱਕ 'ਚ ਭੁਗਤੇ ਆ ਉਹ ਹੈਗੇ ਆ ਜਿਹੜੇ ਅਛੂਤ ਸੀਗੇ, ਸ਼ੂਦਰ ਸੀਗੇ, ਵੈਸ਼ ਸੀਗੇ, ਉਹ ਜਿਹੜੇ ਉੱਚ ਜਾਤੀਆਂ 'ਚੋਂ, ਬ੍ਰਾਹਮਣਾਂ 'ਚੋਂ, ਖੱਤਰੀਆਂ 'ਚੋਂ, ਰਾਜਪੂਤਾਂ 'ਚੋਂ, ਜਿੰਨੇ ਵੀ ਸੀਗੇ, ਕੋਈ ਨਹੀਂ ਉਹਨਾਂ ਦੇ ਹੱਕ 'ਚ ਕਿਤੇ ਸਗੋਂ ਵਿਰੋਧ 'ਚ ਰਹੇ ਆ। ਜੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇਖੋ ਤਾਂ ਉਹ ਜਿਹੜੇ ਪਹਾੜੀ ਰਾਜੇ ਸੀਗੇ, ਰਾਜਪੂਤ ਰਾਜੇ, ਉਹਨਾਂ ਦੇ ਖਿਲਾਫ ਹੀ ਆ ਉਹ ਰਾਜੇ, ਮੁਗਲਾਂ ਨਾਲ ਰਲ ਕੇ ਗੁਰੂ ਗੋਬਿੰਦ ਸਿੰਘ 'ਤੇ ਹਮਲੇ ਕਰਦੇ ਸੀਗੇ। ਅਤੇ ਇਸ ਕਰਕੇ ਸਾਨੂੰ ਜਿਹੜਾ ਇਤਿਹਾਸ ਸੀਗਾ ਉਹਨੂੰ ਇਸ ਐਂਗਲ ਤੋਂ ਦੇਖਣ ਦੀ ਲੋੜ ਸੀਗੀ। ਅਤੇ ਹੁਣ ਜਦੋਂ ਅਸੀਂ ਦੇਖਦੇ ਹਾਂ ਵੀ ਗੁਰੂ ਆਪਣੇ ਸੋਰੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦੇ ਵਿੱਚ ਵੀ ਇਹਨਾਂ ਪਰਿਵਾਰਾਂ ਦਾ ਪੂਰਾ ਹੱਥ ਆ, ਇਹਨਾਂ ਨੇ ਸਾਰੀਆਂ ਸਾਜ਼ਿਸ਼ਾਂ ਕਰਕੇ ਉਸ ਵੇਲੇ ਦਾ ਜਿਹੜਾ ਜੀਤ ਕੌਰ ਰਾਜ ਸੀਗਾ ਫਰਕਸੀਅਰ, ਉਹਦੇ ਤੱਕ ਉਹਦੇ ਧੋਖੇ ਨਾਲ ਬੰਦਾ ਬਹਾਦਰ ਨੂੰ ਫੜਾਇਆ ਗਿਆ ਗੁਰਦਾਸ ਨੰਗਲ ਦੀ ਗੜੀ 'ਚੋਂ। ਪਹਿਲਾਂ ਜਿਹੜੇ ਕਹਿੰਦੇ ਆ ਵੀ 5 ਸਿੰਘ ਗੁਰੂ ਗੋਬਿੰਦ ਸਿੰਘ ਨੇ ਭੇਜੇ ਸੀ, 2 ਇਹਨਾਂ ਦੇ ਨਾਲ ਪਹਿਲਾਂ ਹੀ ਰਲ ਗਏ ਸੀਗੇ ਵਿਰੋਧੀ ਲਾਣੇ ਦੇ ਨਾਲ, ਉਹਨਾਂ ਨੇ ਸਾਜ਼ਿਸ਼ ਕਰਕੇ, ਅਤੇ ਫਿਰ ਇੱਦਾਂ ਦੀਆਂ ਗੁਰੂ ਸਾਹਿਬ ਦੀਆਂ ਜਿਹੜੀ ਪਤਨੀਆਂ ਆ ਉਹਨਾਂ ਉਹ ਵੀ ਮਤਲਬ ਹੁਣ ਜਿਹੜਾ ਨਵਾਂ ਇਤਿਹਾਸ ਆਉਂਦਾ ਵੀ ਉਹਦੇ ਵਿੱਚ ਉਹ ਵੀ ਸਾਰੇ ਨਾਲੇ ਰਲੇ ਹੋ ਸੀਗੇ। ਅਤੇ ਦਿੱਲੀ ਤੋਂ ਬੈਠ ਕੇ ਸਾਰਾ ਕੁਛ ਕੰਮ ਚੱਲਦਾ ਸੀਗਾ। ਅਤੇ ਫਿਰ ਬੰਦਾ ਬਹਾਦਰ ਨੂੰ ਉਹਨਾਂ ਨੇ ਬੜੇ ਧੋਖੇ ਨਾਲ ਸ਼ਹੀਦ ਕੀਤਾ। ਅਤੇ ਜਦੋਂ ਸ਼ਹੀਦ ਕਰ ਦਿੱਤਾ ਗਿਆ ਫਿਰ ਇਹ ਟੋਟਲੀ ਇਹਨੇ ਕਹਿ ਲਓ ਵੀ ਟੋਟਲੀ ਕੀ ਕਹਿੰਦੇ ਹੁੰਦੇ ਆ ਵੀ ਸਾਰੇ 'ਤੇ ਤਹਿਸ ਨਹਿਸ ਕਰਕੇ ਸਭ ਕੁਛ ਸਿੱਖੀ 'ਤੇ ਕਬਜ਼ਾ ਕਰਨਾ ਸ਼ੁਰੂ ਕਰਤਾ। ਅਤੇ ਹੁਣ ਜਿਹੜੇ ਖਾਲਸਾ ਸੀਗਾ ਅਸਲੀ, ਜਿਹੜੀ ਫੌਜ ਗੁਰੂ ਸਾਹਿਬ ਨੇ ਤਿਆਰ ਕੀਤੀ ਸੀ 1699 'ਚ ਹਕੂਮਤ ਨਾਲ ਲੜਨ ਦੇ ਲਈ ਇੱਕ ਫੌਜ ਬਣਾਈ ਸੀ ਖਾਲਸਾ ਫੌਜ, ਕਿਉਂਕਿ ਜਿਹੜੀ ਖਾਲਸਾ ਫੌਜ ਸੀ ਉਹ 'ਚ ਕੋਈ ਮਤਲਬ ਇੱਦਾਂ ਨਹੀਂ ਸੀ ਵੀ ਸਾਰੇ ਲੋਕ ਖਾਲਸੇ ਬਣ ਜਾਂਦੇ ਸੀ, ਉਹ ਸਿਰਫ ਉਹੀ ਜਿੱਦਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਤਲਬ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰੀ ਆਓ, ਵੀ ਜੇ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਉਹੀ ਤੁਰਦਾ ਸੀ ਜਾਂ ਤੁਰ ਸਕਦਾ ਸੀ ਜਿਹੜਾ ਸਿਰ ਤਲੀ 'ਤੇ ਰੱਖਦਾ ਸੀਗਾ, ਭਾਵ ਇਹ ਕਿ ਕਿਉਂਕਿ ਉਹਨਾਂ ਦਾ ਮਿਸ਼ਨ ਹੀ ਸਾਰਿਆਂ ਦੇ ਵਿਰੁੱਧ ਸੀਗਾ, ਸਾਰੀ ਸਥਾਪਤੀ ਦੇ ਵਿਰੁੱਧ ਸੀ, ਤਾਂ ਮਤਲਬ ਜਿਹੜਾ ਬੰਦਾ ਮਰਨ ਮਰਾਉਣ ਨੂੰ ਤਿਆਰ ਆ ਉਹੀ ਤੁਰ ਸਕਦਾ ਸੀਗਾ। ਅਤੇ ਇੱਦਾਂ ਜਦੋਂ ਇਹ ਜਿਹੜਾ ਖਾਲਸਾ ਵਾਲਾ ਵੀ ਸੀਗਾ, ਜਦੋਂ ਜਿਹੜੇ ਮੁਗਲ ਤਾਂ ਸੀਗੇ ਨਾਲ ਜਿਹੜੇ ਪਹਾੜੀ ਰਾਜੇ ਵਗੈਰਾ ਸਭ ਉਹਨਾਂ ਦੇ ਵਿਰੋਧ 'ਚ ਸੀਗੇ, ਤਾਂ ਇਸ ਕਰਕੇ ਜਿਹਨੇ ਵੀ ਫੌਜ 'ਚ ਆਉਣਾ ਸੀ ਉਹਨੇ ਆਉਣਾ ਸੀ, ਜਿਹਨੇ ਜਿਹੜਾ ਮਰਨ ਲਈ ਤਿਆਰ ਹੋ ਜਾਂਦਾ ਸੀਗਾ। ਅਤੇ ਇੱਕ ਆਪਣੇ ਲੇਖਕ ਹੋਏ ਤਰਲੋਕ ਸਿੰਘ, ਗਿਆਨੀ ਤਰਲੋਕ ਸਿੰਘ, ਅਤੇ ਉਹਨਾਂ ਨੇ ਹਿਸਟਰੀ ਤਾਂ ਨਹੀਂ ਪੱਖ ਤੋਂ ਲਿਖਿਆ ਪਰ ਉਹਨਾਂ ਨੇ ਨਾਵਲ, ਹਿਸਟੋਰੀਕਲ ਨਾਵਲ ਜ਼ਰੂਰ ਕਈ ਲਿਖੇ ਆ। ਅਤੇ ਮੈਂ ਉਹਨਾਂ ਦੇ ਕਈ ਨਾਵਲ ਪੜ੍ਹੇ ਬਹੁਤ ਸਾਲ ਪਹਿਲਾਂ ਜੋ ਕਾਲਜ ਟਾਈਮ, ਅਤੇ ਉਹਦੇ ਉਹਨਾਂ ਨਾਵਲਾਂ ਦੇ ਵਿੱਚੋਂ ਤੁਹਾਨੂੰ ਕਈ ਚੀਜ਼ਾਂ ਮਿਲਦੀਆਂ ਝਲਕੀਆਂ, ਅਤੇ ਜਿੱਥੋਂ ਪਤਾ ਲੱਗਦਾ ਵੀ ਜਾਣੀ ਜਿਹੜਾ ਖਾਲਸਾ ਫੌਜ 'ਚ ਸ਼ਾਮਿਲ ਹੁੰਦਾ ਸੀਗਾ ਉਹ ਆਮ ਲੋਕ ਨਹੀਂ ਸੀ, ਜਾਣੀ ਕਹਿ ਲਓ ਵੀ 90% ਲੋਕ ਨਹੀਂ ਸੀ ਸ਼ਾਮਿਲ ਹੁੰਦੇ, ਅਤੇ ਸਿਰਫ 10% ਲੋਕ ਹੁੰਦੇ ਸੀਗੇ ਜਿਹੜੇ, ਫਿਰ ਉਹ ਇੱਦਾਂ ਕਹਿੰਦਾ ਹੁੰਦਾ ਸੀਗਾ ਉਹ ਨਾਵਲਾਂ ਤੋਂ ਪਤਾ ਲੱਗਦਾ ਵੀ
ਵੀ ਜਿਹੜਾ ਬੰਦਾ ਕਹਿੰਦਾ ਸੀ ਮੈਂ ਵੀ ਹੁਣ ਘਰੋਂ ਸਤਿ ਸ਼੍ਰੀ ਅਕਾਲ ਬੁਲਾ ਜਾਂਦਾ ਸੀ ਵੀ ਮੈਂ ਨਹੀਂ ਹੁਣ ਮੁੜ ਕੇ ਆਉਣਾ, ਵੀ ਜਾਂ ਤਾਂ ਮੈਂ ਸ਼ਹੀਦੀ ਪਾਊਂਗਾ ਜਾਂ ਮੈਂ ਸੇਵਾ ਕਰੂੰਗਾ। ਅਤੇ ਉਹ ਹੀ ਬੰਦਾ ਮੰਨ ਲਓ ਖਾਲਸੇ 'ਚ ਹੁੰਦਾ ਸੀਗਾ। ਉਹ ਜਿਹੜੇ ਖਾਲਸੇ ਸੀ ਉਹ ਥੋੜ੍ਹੇ ਸੀਗੇ, ਅਤੇ ਉਹ ਉਹਨਾਂ ਦਾ ਇਸ ਢੰਗ ਦੇ ਨਾਲ ਇਹਨਾਂ ਨੇ ਮੰਨ ਲਓ ਵੀ ਖਾਤਮਾ ਕਰਨਾ ਚਾਹਿਆ, ਵੀ ਬੰਦਾ ਬਹਾਦਰ ਤੋਂ ਬਾਅਦ ਸ਼ਹੀਦ ਕਰਤਾ, ਜਿਹੜੇ ਥੋੜ੍ਹੇ ਬਚੇ ਤਾਂ ਉਹਨਾਂ ਨੂੰ ਫਿਰ ਭੱਜਣਾ ਪੈ ਗਿਆ, ਕੋਈ ਪੰਜਾਬ ਤੋਂ ਰਾਜਸਥਾਨ ਚਲ ਗਿਆ, ਕੋਈ ਜੰਗਲਾਂ ਪਹਾੜਾਂ 'ਚ ਚਲ ਗਿਆ, ਜਿੱਦਾਂ ਆਪਾਂ ਆਮ ਸੁਣਦੇ ਹਾਂ। ਅਤੇ ਉਹਨਾਂ ਨੇ ਫਿਰ ਛਾਪਾਮਾਰੀ ਜੰਗ ਸ਼ੁਰੂ ਕਰਤੀ ਵੀ ਮੁਗਲਾਂ, ਕਿਉਂ ਸਿੱਧੇ ਹੀ ਲੜਾਈ ਲੜ ਨਹੀਂ ਸਕਦੇ ਸੀਗੇ, ਕੋਈ ਐਡੀ ਫੌਜ ਨਹੀਂ ਸੀਗੀ। ਅਤੇ ਉਹ ਲੜਾਈ ਜਾਣੀ ਉਹ ਫਿਰ ਬਾਅਦ 'ਚ ਉਹਨਾਂ ਦੇ ਵਿੱਚ ਗਰੁੱਪਬਾਜ਼ੀ ਹੋ ਗਈ ਜਾਂ ਇਹ ਨਹੀਂ ਪੈਦਾ ਕਰਤੀ ਕਰ ਦਿੰਦੇ ਆ ਜਿੱਦਾਂ, ਜਾਂ ਵਿਚਾਰਧਾਰਾ ਦਾ ਫਰਕ ਵੀ ਹੋ ਜਾਂਦਾ। ਅਤੇ ਜਿੱਦਾਂ ਆਪਾਂ 12 ਮਿਸਲਾਂ ਦਾ ਇਤਿਹਾਸ ਦੇਖਦੇ ਹਾਂ, ਅਤੇ ਉਹ ਸਾਰੇ ਪੀਰੀਅਡ 'ਚ ਉਹ ਤਕਰੀਬਨ ਕਹਿ ਲਓ 1716 'ਚ ਬੰਦਾ ਬਹਾਦਰ ਦੀ ਸ਼ਹੀਦੀ ਹੁੰਦੀ ਆ, ਅਤੇ 1700 ਜਾ ਕੇ ਕਹਿ ਲਓ 99 'ਚ ਜਾਂ 1800 'ਚ ਜਾ ਕੇ ਜਿਹੜਾ ਖਾਲਸਾ ਰਾਜ ਬਣਾਇਆ ਜਾਂਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਵੱਲੋਂ, ਤਾਂ ਇਹ ਕਿੰਨੇ ਸਾਲ 84 ਸਾਲ ਦਾ ਸਮਾਂ ਹੋ ਗਿਆ, 84 ਸਾਲ ਦਾ ਸਮਾਂ। ਅਤੇ ਇਹ ਜਿਹੜਾ ਸਾਰਾ ਹੀ ਸਮਾਂ ਸੀਗਾ ਇਹਦੇ ਵਿੱਚ ਉਹ ਜਿਹੜੇ ਗਿਣਤੀ ਦੇ ਖਾਲਸੇ ਸੀਗੇ ਉਹ ਲੜਦੇ ਰਹੇ ਆ। ਤਾਂ ਜਿਹੜੇ ਇਹ ਗੁਰੂ ਕੇ ਜਿਹੜੇ ਕਹਿੰਦੇ ਆ, ਅਤੇ ਇਹ ਸਾਰੇ ਆ ਕੇ ਗੁਰਦੁਆਰਿਆਂ 'ਚ ਜਿਹੜੇ ਵੀ ਸਥਾਨ ਸੀਗੇ ਤਾਂ ਉਹਨਾਂ ਦੇ ਉੱਤੇ ਉਹ ਬਹਿ ਕੇ ਇਹ ਗ੍ਰੰਥ ਲਿਖਦੇ ਰਹੇ। ਅਤੇ ਹੁਣ ਇਹਦੇ ਵਿੱਚ ਇੱਕ ਹੋਰ ਪੋਰਸ਼ਨ ਜਿਹੜਾ ਉਹਨੇ ਐਡ ਕੀਤਾ, ਉਹ ਕੀ ਕੀਤਾ ਕਿ ਜਿਹੜੇ ਉਦਾਸੀ ਸੀਗੇ, ਜੇ ਪਿਛਲੀ ਵੀਡੀਓ 'ਚ ਵੀ ਮੈਂ ਕਿਹਾ ਸੀਗਾ ਵੀ ਉਹਨਾਂ ਦਾ ਜਿਹੜਾ ਬੈਕਗਰਾਊਂਡ ਆ ਉਹ ਹੈਗਾ ਹਰਿਦੁਆਰ ਦੇ ਨਾਲ, ਅਤੇ ਉਹ ਅੱਜ ਵੀ ਹਰਿਦੁਆਰ ਦੇ ਨਾਲ ਆਪਣਾ ਸੰਪਰਕ ਰੱਖਦੇ ਆ, ਅਤੇ ਸਾਡੇ ਪਿੰਡ ਉਹਨਾਂ ਦਾ ਇੱਕ ਧਰਮਸ਼ਾਲਾ ਹੈਗੀ ਆ, ਅਤੇ ਉੱਥੇ ਜਦੋਂ ਸਮਾਗਮ ਕਰਦੇ ਆ ਅਤੇ ਸਾਰੇ ਉਹਨਾਂ ਦੇ ਹਰਿਦੁਆਰ ਤੋਂ ਆਏ ਹੁੰਦੇ ਆ ਉਹ ਜਿਹੜੇ ਸੰਤ ਆ, ਅਤੇ ਉਹ ਹਰਿਦੁਆਰ ਵਾਲੇ ਜਿਹੜੇ ਪੁਜਾਰੀ ਆ ਉਹ ਜੋ ਹਿੰਦੂ ਧਰਮ 'ਚ ਮਨੌਤਾਂ ਹੈਗੀਆਂ, ਮਰਿਆਦਾਵਾਂ ਹੈਗੀਆਂ, ਪੂਜਾ ਪਾਠ ਹੈਗੇ ਆ, ਵਿਆਹ ਕਿੱਦਾਂ ਕਰਨਾ, ਭੱਦਣ ਕਿੱਦਾਂ ਕਰਨਾ, ਜਨਮ ਸੰਸਕਾਰ ਕਿੱਦਾਂ ਕਰਨਾ, ਫਿਰ ਮਰਿਆ ਅਤੇ ਸਰਾਧ ਕਿੱਦਾਂ ਕਰਨਾ, ਦਸਵਾਂ ਕਿੱਦਾਂ ਕਰਨਾ ਜਾਂ ਚੌਦਵਾਂ ਕਿੱਦਾਂ ਕਰਨਾ, ਵਿਆਹ ਕਿੱਦਾਂ ਕਰਨਾ, ਜੋ ਵੀ ਰੀਤਾਂ ਰਸਮਾਂ ਆ ਉਹ ਪੁਜਾਰੀ ਕਰਦੇ ਆ। ਅਤੇ ਉਹ ਪੁਜਾਰੀ ਜਿਹੜੇ ਆ ਉਹ ਉਦਾਸੀ ਬਣ ਕੇ ਆ ਗਏ ਗੁਰਦੁਆਰਿਆਂ ਦੇ ਵਿੱਚ ਜਾਂ ਜਿਹੜੇ ਧਰਮਸ਼ਾਲਾ ਸੀਗੀ। ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਗ੍ਰੰਥ, ਕਿਉਂਕਿ ਪੁਜਾਰੀ ਤਾਂ ਸਿਰਫ ਪੂਜਾ ਪਾਠ ਵਾਲਾ ਹੁੰਦਾ, ਇਹ ਗ੍ਰੰਥ ਨਹੀਂ ਲਿਖਦਾ, ਨਾ ਹੀ ਇਹ ਉਸ ਲੈਵਲ ਦਾ ਹੁੰਦਾ, ਅਤੇ ਗ੍ਰੰਥ ਲਿਖਣ ਵਾਲੇ ਜਿਹੜੇ ਆ ਉਹ ਬੈਠੇ ਹੁੰਦੇ ਕਾਂਛੀ ਦੇ ਵਿੱਚ, ਬ੍ਰਾਹਮਣ ਜਿਹੜੇ ਬੜੇ ਉੱਚ ਕੋਟੀ ਦੇ ਵਿਦਵਾਨ ਆ। ਅਤੇ ਉਹ ਫਿਰ ਆ ਗਏ ਪੰਜਾਬ ਦੇ ਵਿੱਚ, ਉਹਨੇ ਭੇਜੇ ਆ ਜਿਹੜੇ ਟ੍ਰੇਨਡ ਸਕਾਲਰ ਉਹਨਾਂ ਦੇ, ਉਹਨਾਂ ਨੇ ਆ ਕੇ ਜਿਹੜੀ ਹੁਣ ਸਾਖੀਆਂ ਆਪਾਂ ਨੂੰ ਮਿਲਦੀਆਂ, ਅਤੇ ਉਹਦੇ ਵਿੱਚ ਉਹਨਾਂ ਨੇ ਇਹ ਇੱਕ ਸਾਖੀ ਪਾਈ ਹੋ ਆ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਹ ਲੜਾਈਆਂ ਤੋਂ ਬਾਅਦ ਫਿਰ ਉਹਨੇ ਕਿਹਾ ਵੀ ਸਾਨੂੰ ਜਿਹੜੇ ਹਿੰਦੂਆਂ ਦੇ ਗ੍ਰੰਥ ਆ ਉਹ ਵੀ ਪੜ੍ਹਨੇ ਚਾਹੀਦੇ, ਵੀ ਖਾਲਸੇ ਨੂੰ ਉਹਨਾਂ ਬਾਰੇ ਵੀ ਸੋਝੀ ਹੋਵੇ। ਅਤੇ ਉਹਨਾਂ ਨੇ ਕੁਛ ਤਾਂ ਉਹ ਕਹਿੰਦੇ ਜੀ ਇਹ ਜਿਹੜਾ ਦਸਮ ਗ੍ਰੰਥ ਆ ਇਹ ਗ੍ਰੰਥ ਲੱਥੇ ਕੀਤੇ, ਅਤੇ ਫਿਰ ਉਹਨਾਂ ਨੇ ਪੰਜ ਸਿੰਘ ਜਿਹੜੇ ਆ ਉਹ ਕਾਂਛੀ ਦੇ ਵਿੱਚ ਭੇਜੇ ਵੀ ਜਾ ਕੇ ਉੱਥੋਂ ਵਿੱਦਿਆ ਹਾਸਲ ਕਰੋ। ਅਤੇ ਜਦੋਂ ਉੱਥੇ ਗਏ ਆ ਅਤੇ ਉਹਨਾਂ ਨੂੰ ਉਹ ਬਾਹਮਣਾਂ ਨੇ ਮੋੜਤਾ, ਉਹ ਕਹਿੰਦੇ ਵੀ ਅਸੀਂ ਇੱਦਾਂ ਨਹੀਂ ਵੀ ਤੁਸੀਂ ਇੱਥੇ ਕਿਰਪਾਨਾਂ ਪਾ ਕੇ ਆ ਗਏ ਅਤੇ ਅਸੀਂ ਨਹੀਂ ਇੱਦਾਂ ਦਿੰਦੇ।
ਤੇ ਫਿਰ ਉਹ ਗੁਰੂ ਸਾਹਿਬ ਨੇ ਕਹਿੰਦੇ ਕਿਹਾ ਵੀ ਨਹੀਂ ਜੀ, ਤੁਸੀਂ ਇੱਦਾਂ ਕਰੋ ਵੀ ਕਿਰਪਾਨਾਂ ਲਾ ਦਿਓ, ਚਿੱਟੇ ਕੱਪੜੇ ਪਾ ਲਓ, ਵਾਲ ਪਿੱਛੇ ਨੂੰ ਸੁੱਟ ਲਓ, ਅਤੇ ਤੁਸੀਂ ਉਹਨਾਂ ਵਰਗੇ ਬਣ ਕੇ ਉੱਥੇ ਜਾ ਕੇ ਇਹ ਵੀ, ਕਿਉਂਕਿ ਇਹ ਜਿਹੜੀ ਸਿੱਖਿਆ ਹੈ ਹਿੰਦੂਆਂ ਦੇ ਗ੍ਰੰਥਾਂ ਦੀ ਉਹ ਬੜੀ ਜ਼ਰੂਰੀ ਆ। ਅਤੇ ਇੱਦਾਂ ਵੀ ਇਹ ਉਹ ਫਿਰ ਜਦੋਂ ਉੱਥੋਂ ਪੜ੍ਹ ਕੇ ਆਏ ਆ ਅਤੇ ਉਹ ਇੱਕ ਉਹਨਾਂ ਨੇ ਨਿਰਮਲਾ ਪੰਥ ਚਲਾਇਆ। ਅਤੇ ਜਿਹੜਾ ਅੱਜ ਦਾ ਸੰਤਵਾਦ ਆ, ਭਾਵੇਂ ਤੁਸੀਂ ਲਾ ਲਓ ਟਕਸਾਲ ਆ, ਚਾਹੇ ਨਾਨਕ ਸਰ ਆ, ਚਾਹੇ ਕੋਈ ਵੀ ਡੇਰਾ ਜਿਹੜਾ ਮੇਨ ਸਟ੍ਰੀਮ ਸਿੱਖੀ ਦਾ ਹੈਗਾ, ਉਹਨਾਂ ਦਾ ਪਿਛੋਕੜ ਇਹਨਾਂ ਦੇ ਵਿੱਚੋਂ ਹੀ, ਇਹ ਇਹਨਾਂ ਦੇ ਵਿੱਚੋਂ ਹੀ ਉਹ ਪੈਦਾ ਹੋਏ ਆ। ਅਤੇ ਇਹਨਾਂ ਦੇ ਵਿੱਚੋਂ ਹੀ ਬਹੁਤ ਸਾਰਿਆਂ ਨੂੰ ਅੰਗਰੇਜ਼ਾਂ ਨੇ ਬਾਅਦ 'ਚ ਪ੍ਰਮੋਟ ਕੀਤਾ। ਅਤੇ ਇੱਕ ਗੱਲ ਇਹਦੇ ਵਿੱਚ ਜਿਹੜੀ ਮੈਂ ਮਾੜੇ ਜਿਹੇ ਵਿੱਚ ਮਿਸ ਕਰ ਗਿਆ ਵਿਚਾਰਨ ਵਾਲੀ ਹੈਗੀ ਆ, ਵੀ ਜੇ ਤੁਸੀਂ ਹੋਰ ਬਾਣੀਆਂ ਸਾਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦਿਓ ਤਾਂ ਇਕੱਲੀ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਦੇਖ ਲਓ, ਕਬੀਰ ਜੀ ਦੀ ਬਾਣੀ ਪੜ੍ਹ ਕੇ ਦੇਖ ਲਓ, ਰਵਿਦਾਸ ਜੀ ਦੀ ਪੜ੍ਹ ਕੇ ਦੇਖ ਲਓ, ਵੀ ਜਿੱਦਾਂ ਉਹਨਾਂ ਨੇ ਜਿਹੜੇ ਹਿੰਦੂਆਂ ਦੇ ਬ੍ਰਾਹਮਣਾਂ ਦੇ ਪੁਜਾਰੀਆਂ ਦੇ ਗ੍ਰੰਥ ਸੀਗੇ, ਉਹਨਾਂ ਦੇ ਦੇਵੀ ਦੇਵਤੇ ਜਿੱਦਾਂ ਉਹਨਾਂ 'ਤੇ ਅਟੈਕ ਕੀਤੇ, ਧੱਜੀਆਂ ਉਡਾਈਆਂ ਉਹਨਾਂ ਦੀਆਂ, ਅਤੇ ਉਹ ਤੋਂ ਪਤਾ ਲੱਗਦਾ ਵੀ ਜਾਣੀ ਉਹਨਾਂ ਨੇ ਬਹੁਤ ਬਰੀਕੀ ਦੇ ਵਿੱਚ ਉਹਨਾਂ ਦੇ ਗ੍ਰੰਥ ਪੜ੍ਹੇ ਹੋ ਸੀਗੇ। ਉਹਨਾਂ ਨੂੰ ਜੇ ਤੁਸੀਂ ਈਵਨ ਜਿਹੜੇ ਭੱਟਾਂ ਦੇ ਸਵੱਈਏ ਆ ਉਹ ਹੀ ਪੜ੍ਹ ਕੇ ਦੇਖ ਲਓ ਕਿ ਕਿੱਦਾਂ ਉਹਨੀ ਬਰੀਕੀ ਦੇ ਵਿੱਚ ਗੱਲਾਂ ਉਹਦੀਆਂ, ਉਹਨਾਂ ਨੂੰ ਸਾਖੀਆਂ ਦਾ, ਉਹਨਾਂ ਦੇ ਜੀਵਨ ਦਾ, ਉਹਨਾਂ ਦੇ ਮਤਲਬ ਪਰੰਪਰਾਵਾਂ ਦਾ ਸਭ ਕੁਛ ਤਾਂ ਪਤਾ ਸੀਗਾ। ਅਤੇ ਬਹੁਤੀਆਂ ਜਾਣੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹੋ ਤਾਂ ਤੁਹਾਨੂੰ ਬਹੁਤ ਇਹਨਾਂ ਦੇ ਗ੍ਰੰਥ ਉੱਦਾਂ ਹੀ ਪਤਾ ਲੱਗ ਜਾਂਦਾ ਕੀ ਉਹਦੇ ਵਿੱਚ ਲਿਖਿਆ। ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਲੋੜ ਪੈ ਗਈ ਸੀ ਵੀ ਉਹ ਗ੍ਰੰਥ ਲੱਥੇ ਕਰਨ ਦੀ, ਜਦੋਂ ਪਹਿਲੇ ਗੁਰੂਆਂ ਨੇ ਪੜ੍ਹ ਕੇ ਉਹਦਾ ਨਿਚੋੜ ਕੱਢ ਕੇ ਉਹਨਾਂ 'ਤੇ ਹਮਲੇ ਕਰਤੇ, ਕਰਾਰੀਆਂ ਚੋਟਾਂ ਕੀਤੀਆਂ ਆਪਣੀ ਬਾਣੀ 'ਚ, ਤਾਂ ਫਿਰ ਉਹਨਾਂ ਨੂੰ ਕਾਹਤੇ ਲੋੜ ਪੈ ਗਈ ਦੁਬਾਰਾ ਗ੍ਰੰਥ ਟ੍ਰਾਂਸ ਜਾਂ ਜਿੱਦਾਂ ਇਹ ਵੀ ਕਹਿੰਦੇ ਜਿਹੜਾ ਦਸਵੇਂ ਗ੍ਰੰਥ ਦੇ ਵਿੱਚ ਵੀ ਜਿਹੜੀਆਂ ਬਹੁਤ ਸਾਰੀਆਂ ਬਾਣੀਆਂ ਚੰਡੀ ਦੀ ਵਾਰ ਜਾਂ ਹੋਰ ਇੱਦਾਂ ਵੀ ਉਹ ਉਹਨਾਂ ਨੇ ਲੱਥੇ ਕੀਤੇ ਆ, ਕਈ ਕਈ ਤਾਂ ਮੰਨਦੇ ਵੀ ਸਾਰੇ ਗੁਰੂ ਸਾਹਿਬ ਦੀ ਹੈ, ਪਰ ਕਈ ਕਹਿੰਦੇ ਵੀ ਲੱਥੇ ਕੀਤੇ। ਭਲਾ ਲੱਥਾ ਵੀ ਕਰਨ ਦੀ ਉਹਨਾਂ ਨੂੰ ਕੀ ਲੋੜ ਸੀ ਜਦੋਂ ਉਹਨਾਂ ਕੋਲ ਆਪਣਾ ਗ੍ਰੰਥ ਹੋ ਗਿਆ ਸੀ, ਜਦੋਂ ਉਹਨੇ ਆਪਣਾ ਗ੍ਰੰਥ ਲਿਖ ਲਿਆ, ਜੋ ਉਹਦੇ ਵਿੱਚ ਉਹਨਾਂ ਨੂੰ ਗਲਤ ਲੱਗਦਾ ਸੀ ਉਹ ਰਿਜੈਕਟ ਕਰ ਦਿੱਤਾ, ਉਹਨੇ ਆਪਣੀ ਇੱਕ ਨਵੀਂ ਵਿਚਾਰਧਾਰਾ ਦੇ ਦਿੱਤੀ, ਫਿਰ ਉਹਨੇ ਲੱਥੇ ਵੀ ਕਰਨੇ ਕਰਨੇ ਸੀਗੇ। ਜਦੋਂ ਸਾਡੇ ਕੋਲ ਆਪਣਾ ਹੀ ਐਡਾ ਬੜਾ 1430 ਪੰਨਿਆਂ ਦਾ ਗ੍ਰੰਥ ਬਣ ਗਿਆ, ਅਤੇ ਉਹੋ ਹੀ ਨਹੀਂ ਅੱਜ ਤਾਈਂ, ਅੱਜ ਤਾਈਂ ਸਿੱਖਾਂ ਨੂੰ ਸਮਝ ਆ 300 ਸਾਲ ਹੋ ਗਿਆ, ਜੇ ਉਹਨੇ ਹੋਰ ਕਰਨੇ ਲੱਥੇ ਕਰਨੇ ਸੀਗੇ, ਜਾਂ ਜਿਨ੍ਹਾਂ ਦੇ ਵਿਰੁੱਧ ਉਹ ਲੜਦੇ ਸੀ ਉਹਨਾਂ ਦੇ ਉੱਥੇ ਕਾਂਛੀ 'ਚ ਭੇਜਣ ਲਈ ਕੀ ਕਰਨ ਜਾਣਾ ਸੀ। ਕਾਂਛੀ 'ਚ ਤਾਂ ਗੁਰੂ ਆਪਣੇ ਕਬੀਰ ਜੀ ਜਿਹੜੇ ਆ ਰਵਿਦਾਸ ਜੀ ਸਾਰੀ ਉਮਰ ਉੱਥੇ ਬਹਿ ਕੇ ਉਹਨਾਂ ਦਾ ਉਹਨੇ ਉਹ ਜਿੱਦਾਂ ਕਹਿੰਦੇ ਹੁੰਦੇ ਬਖੀਏ ਅਧੇੜੇ ਉਹਨਾਂ ਦੇ ਗ੍ਰੰਥਾਂ ਦੇ, ਉਹਨਾਂ ਦੇ ਵਿਚਾਰਧਾਰਾਵਾਂ ਦੇ, ਅਤੇ ਫਿਰ ਉੱਥੇ ਕੀ ਉਹਨਾਂ ਨੇ ਲੈਣ ਜਾਣਾ ਸੀਗਾ। ਇਹ ਜਾਣੀ ਦੱਸਣ ਤੋਂ ਭਾਵ ਇਹ ਹੈਗਾ ਵੀ ਇਹ ਸਾਰੀਆਂ ਜਿੱਦਾਂ ਉਹਨਾਂ ਨੇ ਸਾਖੀਆਂ ਇੱਦਾਂ ਜੋੜੀਆਂ ਆ ਬਣਾਈਆਂ ਆ ਤਾਂ ਕਿ ਆਪਣੇ ਆਪ ਨੂੰ ਅਥੈਂਟਿਕ ਸਾਬਤ ਕਰ ਸਕਣ। ਅਤੇ ਜਿਹੜੇ ਗ੍ਰੰਥ ਜਿੱਦਾਂ ਹੁਣ ਆਪਾਂ ਨੇ ਗੱਲ ਕੀਤੀ ਸੀਗੀ ਵੀ ਆਪਣਾ ਬਾਲੇ ਵਾਲੀ ਸਾਖੀ, ਮਿਹਰਬਾਨ ਵਾਲੀ ਸਾਖੀ, ਗੁਰਬਿਲਾ ਛੇਵੀਂ, ਗੁਰਬਿਲਾ ਦਸਵੀਂ, ਇਹ ਪਹਿਲਾਂ ਉਹਨਾਂ ਨੇ ਲਿਖੀਆਂ ਪਹਿਲਾਂ। ਫਿਰ ਉਹ ਤੋਂ ਇਲਾਵਾ ਹੋਰ ਕਈ ਗ੍ਰੰਥ ਹੈਗੇ ਆ ਜਿੱਦਾਂ ਜਿਨ੍ਹਾਂ ਦਾ ਅੱਗੇ ਆਪਾਂ ਅਗਲੀ ਵੀਡੀਓ 'ਚ ਜ਼ਿਕਰ ਕਰਾਂਗੇ। ਉਹ ਗ੍ਰੰਥ ਸਾਰੇ ਜਦੋਂ ਜਿਹੜੇ ਅਸਲੀ ਖਾਲਸੇ ਆ ਉਹ ਤਾਂ ਕੋਈ ਪਹਾੜਾਂ 'ਚ ਭੱਜ ਗਿਆ, ਕੋਈ ਜੰਗਲਾਂ 'ਚ ਬੈਠਾ, ਕੋਈ ਰਾਜਸਥਾਨ ਦੇ ਮਾਰੂਥਲਾਂ 'ਚ ਬੈਠਾ, ਚੋਰੀ ਛਿਪੇ ਉਹ ਰਹਿੰਦੇ ਆ, ਅਤੇ ਜਦੋਂ ਕਿਤੇ ਉਹਨਾਂ ਨੂੰ ਮੌਕਾ ਮਿਲਦਾ ਜਿਹੜਾ ਹਮਲਾਵਰ ਆਉਂਦੇ ਆ, ਭਾਵੇਂ ਉਹ ਅਬਦਾਲੀ ਵਰਗੇ ਹੋਣ
ਚਾਹੇ ਦੁਰਾਨੀ ਕੋਈ ਵੀ ਆਉਂਦੇ ਸੀਗੇ, ਉਹਨਾਂ ਨੂੰ ਉਹ ਘੇਰਦੇ ਸੀ, ਹਮਲਾ ਕਰਦੇ ਸੀਗੇ। ਅਤੇ ਜਿਹੜੇ ਇਹ ਸੀਗੇ ਪਿੰਡਾਂ 'ਚ ਬੈਠੇ ਸੀਗੇ, ਤਾਂ ਇਹ ਉੱਥੇ ਇੱਦਾਂ ਦੇ ਗ੍ਰੰਥ ਲਿਖੀ ਜਾਂਦੇ ਸੀ, ਇਹ ਹੀ ਲੋਕਾਂ ਨੂੰ ਪੜ੍ਹਾਉਂਦੇ ਸੀਗੇ। ਅਤੇ ਹੌਲੀ ਹੌਲੀ ਉਹ ਜਿਹੜੀ ਵਿਚਾਰਧਾਰਾ ਗੁਰੂਆਂ ਨੇ ਦਿੱਤੀ ਸੀ, ਉਹ ਗ੍ਰੰਥ ਇਹਨਾਂ ਨੇ ਅਲੋਪ ਕਰਤਾ ਕਹਿ ਲਓ, ਜਾਂ ਉਹਦਾ ਸਿਰਫ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਦੇ ਉੱਤੇ ਉਹਦਾ ਗੁਰਦੁਆਰਿਆਂ 'ਚ ਪ੍ਰਕਾਸ਼ ਸ਼ੁਰੂ ਕਰਤਾ। ਇੱਕ ਇਹ ਵੀ ਮੰਨ ਲਓ ਹਿਸਟਰੀ ਦੇ ਆਪਾਂ ਨੂੰ ਅਜੇ ਬਹੁਤ ਖੋਜ ਕਰਨ ਦੀ ਲੋੜ ਹੈਗੀ ਆ ਕਿ ਕਿੱਦਾਂ ਉਹਨਾਂ ਨੇ ਮੰਨ ਲਓ ਵੀ ਜਿੱਦਾਂ ਜਦੋਂ ਬੰਦਾ ਸਿੰਘ ਬਹਾਦਰ ਦੀ ਜੀਵਨੀ ਆਉਂਦੀ ਆ, ਅਤੇ ਉਹਦੇ ਵਿੱਚ ਆਉਂਦਾ ਵੀ ਜਿਹੜੇ ਸਿੱਖ ਸੀਗੇ ਉਹਨਾਂ ਨੇ ਬੰਦਾ ਬਹਾਦਰ ਨੂੰ ਗੁਰੂ ਮੰਨ ਲਿਆ ਸੀਗਾ ਵੀ ਇਹ ਅਗਲਾ ਗੁਰੂ ਆ। ਅਤੇ ਕਿਉਂਕਿ ਇਹ ਨਹੀਂ ਸੀ ਚਾਹੁੰਦੇ ਪਰਿਵਾਰ ਵੀ ਹੁਣ ਵੀ ਗੁਰੂ ਸਾਹਿਬ ਉੱਧਰ ਸ਼ਹੀਦ ਹੋ ਗਿਆ, ਕਿਉਂਕਿ ਉਹਨਾਂ ਨੇ ਡਿਕਲੇਅਰ ਨਹੀਂ ਸੀ ਕੀਤਾ ਕਿਸੇ ਨੂੰ, ਅਤੇ ਉਹ ਹੁਣ ਆਪਣਾ ਬੰਦਾ ਕੋਈ ਬਣਾ ਨਹੀਂ ਸੀ ਸਕਦੇ, ਅਤੇ ਜਾਂ ਉਹਨਾਂ ਕੋਲ ਹੈ ਨਹੀਂ ਸੀ, ਕਿਉਂਕਿ ਹੁਣ ਉਹਨਾਂ ਨੇ ਇਹ ਬਣਾ ਲਿਆ ਸੀਗਾ ਵੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸੀਗੇ, ਉਹ ਚਾਰੇ ਸ਼ਹੀਦ ਹੋ ਗਏ। ਅਤੇ ਇਹ ਵੀ ਆਉਂਦਾ ਕਿ ਜਿਹੜੇ ਉਹਨਾਂ ਦੇ ਵਾਈਫ ਹੈਗੇ ਗੁਰੂ ਸਾਹਿਬ ਦੇ, ਉਹਨਾਂ ਨੇ ਇੱਕ ਮੁੰਡਾ ਗੋਦ ਲੈ ਕੇ ਅਤੇ ਉਹਨੂੰ ਗੁਰੂ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਅਸਫਲ ਹੋ ਗਈ। ਅਤੇ ਇਹ ਵੀ ਆਉਂਦਾ ਹੁਣ ਇਤਿਹਾਸ 'ਚ ਵੀ ਉਹ ਜਿਹੜਾ ਬਹਾਦਰ ਸ਼ਾਹ ਸੀਗਾ ਉਹਦੇ ਕੋਲ ਵੀ ਗਏ ਆ ਉਹ ਵੀ ਤੁਸੀਂ ਸਾਡੀ ਮਦਦ ਕਰੋ ਵੀ ਗੁਰੂ ਸਥਾਪਿਤ ਕਰਨ 'ਚ, ਅਤੇ ਪਰ ਉਹ ਇਹਨਾਂ ਦੀਆਂ ਉਹ ਕਾਮਯਾਬ ਨਹੀਂ ਹੋ ਸਕੀਆਂ। ਤਾਂ ਫਿਰ ਉਹਨਾਂ ਨੇ ਬੰਦਾ ਬਹਾਦਰ ਨੂੰ ਕਹਿ ਲਓ ਵੀ ਨਗੇਟ ਕਰਨ ਲਈ ਜਾਂ ਇਹ ਇਸਟੈਬਲਿਸ਼ ਕਰਨ ਨੂੰ ਵੀ ਗੁਰੂ ਨਹੀਂ ਹੈਗਾ, ਤਾਂ ਫਿਰ ਇਹ ਵੀ ਜਿਹੜੀ ਆਉਂਦੀ ਆ ਕਿ ਫਿਰ ਉੱਥੇ ਉਹਨਾਂ ਦੇ ਉਹ ਬੰਦਾ ਹੀ ਖਾਲਸੇ ਬਣ ਗਏ, ਦੂਜੇ ਤੱਤ ਖਾਲਸੇ ਬਣ ਗਏ ਜਿਹੜੇ ਗੁਰੂਆਂ ਦੇ ਪਰਿਵਾਰ ਜਿਹੜਾ ਵਿਰੋਧੀ ਲਾਣਾ ਸੀਗਾ। ਅਤੇ ਫਿਰ ਉਹਨਾਂ ਨੇ ਕਿਹਾ ਵੀ ਜੀ ਫੈਸਲਾ ਕਰ ਲਓ ਪਰਚੀਆਂ ਪਾ ਕੇ, ਫਿਰ ਜੀ ਉਹ ਪਰਚੀ ਡੁੱਬ ਗਈ ਜਿਹੜੀ ਬੰਦਈ ਵਾਲਿਆਂ ਦੀ, ਫਿਰ ਉਹ ਮਤਲਬ ਇਸ ਕਰਕੇ ਤੱਤ ਖਾਲਸੇ ਨੇ ਫੈਸਲਾ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਹੋਊਗਾ, ਵੀ ਕਿਉਂਕਿ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਦੱਖਣ ਦੇ ਵਿੱਚ ਵੀ ਅਗਲਾ ਗੁਰੂ ਨਹੀਂ ਕੋਈ ਹੋਣਾ, ਵੀ ਬੰਦਾ ਬਹਾਦਰ ਐਵੇਂ ਕਰਦਾ ਸੀਗਾ, ਅਤੇ ਵੀ ਇਹ ਪਰਚੀ ਵੀ ਨਿਕਲੇ ਹਰਿਮੰਦਰ ਸਾਹਿਬ। ਫਿਰ ਵੀ ਇਹ ਝਗੜਾ ਚੱਲਦਾ ਰਿਹਾ, ਫਿਰ ਇਹ ਵੀ ਆਉਂਦਾ ਇੱਕ ਕਿਤੇ ਪੜ੍ਹਿਆ ਸੀਗਾ ਵੀ ਫਿਰ ਵੀ ਉਹਨੇ ਕਿਹਾ ਵੀ ਅੱਛਾ ਇੱਦਾਂ ਕਰੋ ਵੀ ਤੱਤ ਖਾਲਸਾ ਬੰਦਈ ਖਾਲਸਾ ਬੰਦੇ ਕਢਾ ਲਓ, ਮਤਲਬ ਘੋਲ ਕਰਾ ਲਓ ਵੀ ਜਿਨ੍ਹਾਂ ਦਾ ਬੰਦਾ ਜਿੱਤ ਗਿਆ ਵੀ ਉਹ ਫੈਸਲਾ ਹੋਊਗਾ ਵਿੱਚ। ਅਤੇ ਉਹਦੇ 'ਚ ਵੀ ਕਹਿੰਦੇ ਜੀ ਉਹ ਬੰਦਈ ਵਾਲਾ ਬੰਦਾ ਹਾਰ ਗਿਆ ਦੂਜਾ ਜਿੱਤ ਗਿਆ, ਪਰ ਇਹ ਮੈਨੂੰ ਲੱਗਦਾ ਸਾਰੀਆਂ ਹੀ ਇਹ ਝੂਠੀਆਂ ਨਕਲੀ ਸਾਖੀਆਂ ਹੈਗੀਆਂ। ਅਤੇ ਇਸ ਪੀਰੀਅਡ 'ਚ ਉਹਨਾਂ ਨੇ ਇਹ ਜਿਹੜਾ ਬੰਦਾ ਬਹਾਦਰ ਨੂੰ ਸ਼ਹੀਦ ਕਰਾ ਦਿੱਤਾ, ਅਤੇ ਇਹ ਗੱਲ ਇਸਟੈਬਲਿਸ਼ ਕੀਤੀ ਧੱਕੇ ਦੇ ਨਾਲ ਸਾਰਾ ਕੁਛ, ਨਕਲੀ ਸਾਖੀਆਂ ਕਹਾਣੀਆਂ ਇਹ ਸਾਰਾ ਕੁਛ ਉਹਨਾਂ ਨੇ ਬਣਾਇਆ। ਅਤੇ ਈਵਨ ਮੈਨੂੰ ਹੁਣ ਫਿਰ ਅਗਲੀ ਵੀਡੀਓ 'ਚ ਕਿਤੇ ਮੈਂ ਦੱਸੂੰਗਾ ਕਿ ਇਹ ਵੀ ਆਉਂਦਾ ਵੀ ਜਿੰਨੇ ਵੀ ਹੁਕਮਨਾਮੇ ਆ ਰਹਿਤਨਾਮੇ ਆ ਜੇ ਉਹਨਾਂ ਦੀ ਵਰਡਿੰਗ ਪੜ੍ਹ ਕੇ ਦੇਖੋ, ਸ਼ਬਦਾਵਲੀ ਦੇਖੋ, ਤਾਂ ਇੱਦਾਂ ਲੱਗਦਾ ਇੱਕੋ ਬੰਦੇ ਨੇ ਲਿਖੇ ਉਹ ਆ ਸਾਰੇ, ਅਤੇ ਇੱਕੋ ਹੀ ਉਹਦੇ 'ਚ ਵੀ ਭੇਟਾ ਲੈ ਕੇ ਆਇਓ ਜੀ, ਗੁਰੂ ਜੀ ਮਾਤਾ ਨੂੰ ਭੇਜੋ, ਇਹਨੂੰ ਭੇਜੋ, ਜਾਣੀ ਉਹ ਪੈਸੇ ਇਕੱਠੇ ਕਰਨ ਵਾਲਾ ਹੀ ਜਾਣੀ ਸਾਰੀਆਂ ਹੈਗੀਆਂ, ਉਹ 'ਚ ਕੋਈ ਤੁਹਾਨੂੰ ਕੋਈ ਕੌਮ ਦੀ ਸੇਧ ਜਾਂ ਕੋਈ ਧਰਮ ਦੀ ਗੱਲ ਨਹੀਂ ਮਿਲਦੀ। ਅਤੇ ਵੀ ਉਹ ਵੀ ਇਹ ਵੀ ਇੱਕ ਆਉਂਦਾ ਮੈਂ ਕਿਸੇ ਕਿਤਾਬ 'ਚ ਪੜ੍ਹਿਆ ਸੀਗਾ ਕਿ ਕੋਈ ਬੰਦਾ ਸੀਗਾ ਜਿਹੜਾ ਬਹੁਤ ਵਧੀਆ ਲਿਖਾਈ ਲਿਖ ਲੈਂਦਾ ਸੀ, ਅਤੇ ਉਹ ਨਕਲੀ ਲਿਖ ਲੈਂਦਾ ਸੀ ਹੁਕਮਨਾਮੇ ਵੇਚਦਾ ਹੁੰਦਾ ਸੀ ਵੀ ਜਿਹੜੇ ਖਾਲਸੇ ਸੀਗੇ ਉਹ ਲੜਦੇ ਸੀ ਉਹਨਾਂ ਨੂੰ, ਕਹਿੰਦੇ ਸੀ ਯਾਰ ਦੇਖੋ ਗੁਰੂ ਸਾਹਿਬ ਦਾ ਹੁਕਮਨਾਮਾ ਲੱਭ ਪਿਆ ਜੀ, ਫਲਾਨੇ ਸਿੱਖ ਦਾ ਰਹਿਤਨਾਮਾ ਮਿਲ ਗਿਆ।
ਤੇ ਉਹ ਇਦਾਂ ਕਹਿੰਦੇ ਵੇਚਦਾ ਹੁੰਦਾ ਸੀ। ਤੇ ਖਾਸ ਕਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਇਹ ਬਹੁਤ ਪ੍ਰਚਲਿਤ ਹੋ ਗਈ ਸੀ ਗੱਲ, ਤੇ ਹੁਕਮਨਾਮੇ ਆਪੇ ਲਿਖ ਕੇ ਨਕਲੀ ਤੇ ਉਹ ਵੇਚਣ ਲੱਗ ਪਏ ਸੀਗੇ ਲੋਕ। ਤੇ ਇੱਕ ਪਟਨਾ ਸਾਹਿਬ ਦਾ ਪੁਜਾਰੀ, ਉਹਦਾ ਮੁੰਡਾ ਕਹਿੰਦੇ ਇਹਦੇ ਵਿੱਚ ਕਾਫੀ ਇਹ ਕੰਮ ਕਰਦਾ ਸੀਗਾ। ਤੇ ਹੁਣ ਜਿਹੜੇ ਆਪਾਂ ਅੱਜ ਦੀ ਵੀਡੀਓ ਇਹਨੂੰ ਇੱਥੇ ਸਮਾਪਤ ਛੇਤੀ ਕਰਦੇ ਹਾਂ, ਉਹ ਇਹ ਹੈਗੀ ਆ ਕਿ ਆਪਾਂ ਜਿਹੜਾ ਇਹ ਸਾਰਾ 1600 1716 ਤੋਂ ਲੈ ਕੇ 1800 ਦਾ ਪੀਰੀਅਡ ਆ, ਉਹਦੇ ਵਿੱਚ ਜਿੰਨੇ ਇਹ ਪਿਰਥੀ ਚੰਦ ਵਾਲੇ, ਦਾਸੀ ਵਾਲੇ, ਬੇਦੀ, ਸੋਢੀ, ਭੱਲੇ ਅਤੇ ਨਿਰੰਜਣੀਏ, ਰਾਮ ਰਾਈਏ, ਮਸੰਦ, ਧੀਰ ਮਲੀਏ, ਇਹ ਸਾਰੇ ਹੀ, ਤਾਂ ਫਿਰ ਨਿਰਮਲੇ, ਉਦਾਸੀ, ਇਹ ਸਾਰੇ ਰਲ ਗਏ ਸੀਗੇ। ਤਾਂ ਰਲ ਕੇ ਇਹਨਾਂ ਨੇ ਕਰ ਲਿਆ ਕੰਟਰੋਲ, ਅਤੇ ਫਿਰ ਇਹਨਾਂ ਨੇ ਉਹ ਪਹਿਲਾਂ ਉਹ ਗ੍ਰੰਥ ਲਿਖੇ ਸੀਗੇ, ਫਿਰ ਉਹਨਾਂ 'ਤੇ ਹੋਰ ਅੱਗੇ ਕਈ ਗ੍ਰੰਥ ਆਪਾਂ ਉਹਨਾਂ ਦੀ ਮੈਂ ਲਿਸਟ ਦਊਂਗਾ, ਉਹ ਸਾਰੇ ਫਿਰ ਇਹਨਾਂ ਨੇ ਉਸ ਪੀਰੀਅਡ 'ਚ ਲਿਖੇ ਆ। ਅਤੇ ਉਹਨਾਂ ਗ੍ਰੰਥਾਂ ਦੇ ਆਧਾਰ 'ਤੇ ਫਿਰ ਬਾਅਦ ਵਿੱਚ ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਲਿਖਿਆ, ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ, ਅਤੇ ਇੱਦਾਂ ਜਿਹੜੇ ਕੁਛ ਕੁ ਗ੍ਰੰਥ ਲਿਖੇ। ਅਤੇ ਉਹਨਾਂ ਗ੍ਰੰਥਾਂ ਨੂੰ ਆਧਾਰ ਬਣਾ ਕੇ ਫਿਰ ਭਾਈ ਵੀਰ ਸਿੰਘ ਨੇ ਗੁਰੂ ਨਾਨਕ ਚਮਤਕਾਰ, ਦਸਮ ਚਮਤਕਾਰ ਅਤੇ ਹੋਰ ਸਾਖੀਆਂ ਵਗੈਰਾ ਉਹਨਾਂ ਨੇ ਫਿਰ ਲਿਖੇ ਆ। ਅਤੇ ਜਾਈਵਨ ਜਿਹੜਾ ਕਵੀ ਸੰਤੋਖ ਸਿੰਘ ਦਾ, ਉਹਨੂੰ ਵੀ ਥੋੜ੍ਹਾ ਉਹਨੇ ਸੋਧ ਕੇ ਥੋੜ੍ਹੀ ਸੌਖੀ ਲੈਂਗੁਏਜ 'ਚ ਲਿਖਿਆ। ਅਤੇ ਪਰ ਸਾਰਿਆਂ ਨੇ ਉਹਨਾਂ ਦੀ ਮੱਖੀ 'ਤੇ ਮੱਖੀ ਮਾਰੀ ਆ। ਅਤੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਇਹ ਜਿਹੜੇ ਗ੍ਰੰਥ ਆ, ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਟੇਕਣ ਲਈ ਰੱਖ ਲਿਆ। ਤਾਂ ਬਾਅਦ ਵਿੱਚ ਜਿੱਦਾਂ ਉਹਨੂੰ ਅਖੰਡ ਪਾਠ ਕਰਾਉਣ ਲਈ ਜਾਂ ਪਾਠ ਕਰਾਉਣ ਨੂੰ ਜਾਂ ਹੋਰ ਜਿਹੜੀਆਂ ਸਾਡੀਆਂ ਰੀਤਾਂ ਰਸਮਾਂ ਉਹ ਨਿਭਾਉਣ ਲਈ, ਅਤੇ ਜਿਹੜੀ ਕਥਾ ਆ ਉਹ ਸੂਰਜ ਪ੍ਰਕਾਸ਼ ਅਤੇ ਸਾਖੀਆਂ ਜਿਹੜੀ ਬਾਲੇ ਵਾਲੀਆਂ ਇਹ ਚੱਲਦੀ ਰਹੀ। ਈਵਨ ਅਸੀਂ ਛੋਟੇ ਹੁੰਦੇ ਮੈਂ ਦੇਖਦਾ ਸੀ ਸਾਡੇ ਪਿੰਡ ਵੀ ਇਹ ਕਥਾ ਚੱਲਦੀ ਸੀ, ਗੁਰੂ ਗ੍ਰੰਥ ਸਾਹਿਬ ਦੀ ਕਦੇ ਨਹੀਂ ਸੀ ਕਥਾ ਹੁੰਦੀ, ਅਤੇ ਉਹ ਮੱਥਾ ਟੇਕਣੇ ਲੋਕ ਜਾਂਦੇ ਸੀਗੇ। ਤਾਂ ਵੀ ਕਦੇ ਤਿੰਨ ਚਾਰ ਜਿਹੜੇ ਪਾਪੂਲਰ ਗੁਰਪੁਰਬ ਸੀਗੇ ਕਿ ਵਿਸਾਖੀ ਦਾ ਹੋ ਗਿਆ, ਗੁਰੂ ਨਾਨਕ ਦੇਵ ਜੀ ਦਾ ਹੋ ਗਿਆ, ਗੁਰੂ ਗੋਬਿੰਦ ਸਿੰਘ ਜੀ ਦਾ, ਗੁਰੂ ਅਰਜਨ ਦੇਵ ਜੀ ਦਾ, ਅਤੇ ਉਹਨਾਂ ਦੇ ਉੱਤੇ ਉਹ ਅਖੰਡ ਪਾਠ ਰੱਖ ਲੈਂਦੇ ਸੀਗੇ ਪਿੰਡਾਂ 'ਚ, ਅਤੇ ਬਾਕੀ ਕਿਸੇ ਨੂੰ ਨਹੀਂ ਸੀ ਪਤਾ ਹੁੰਦਾ ਵੀ ਕੀ ਹੈਗਾ। ਅਤੇ ਇਹ ਕਥਾ ਇੱਦਾਂ ਹੀ ਚੱਲਦੀ ਰਹੀ, ਤਾਂ ਇਸ ਕਰਕੇ ਉਹਦੇ ਬੇਸ 'ਤੇ ਸਾਡੀ ਸਾਰੀ ਜਿਹੜੀ ਸਿੱਖੀ ਅੱਜ ਦੀ ਖੜ੍ਹੀ ਕੀਤੀ ਉਹ ਆ। ਅਤੇ ਹੁਣ ਜਦੋਂ ਕੋਈ ਬੰਦਾ ਗੁਰਬਾਣੀ ਦੀ ਗੱਲ ਕਰਦਾ ਅਤੇ ਉਹ ਕਹਿੰਦੇ ਇਹ ਦੇਖੋ ਜੀ ਇਹ ਤਾਂ ਕਿੰਤੂ ਕਰਦਾ, ਇਹ ਜੀ ਵਿਵਾਦ ਖੜ੍ਹਾ ਕਰਦਾ, ਇਹ ਜੀ ਹੁਣ ਨਵੀਆਂ ਤਰਕਾਂ ਲਾਉਣ ਲੱਗ ਪਿਆ, ਕਿਉਂਕਿ ਸਾਰੀ ਸਿੱਖੀ ਗੁਰੂ ਨਾਨਕ ਤੋਂ ਉਲਟ ਖੜ੍ਹੀ ਕੀਤੀ ਉਹ ਆ। ਅਤੇ ਜਦੋਂ ਕੋਈ ਨਿਕਲਦਾ ਕੋਈ ਬੰਦਾ ਜਾਂ ਸੰਸਥਾ, ਅਤੇ ਇਹਨਾਂ ਨੂੰ ਫਿਰ ਆਪਣਾ ਸੰਘਾਸਣ ਜਿਹੜਾ ਆ ਕਾਗਜ਼ ਧਿਰਾਂ ਨੂੰ ਡੋਲਣ ਲੱਗ ਪੈਂਦਾ, ਤਾਂ ਫਿਰ ਇਹ ਹਮਲਾਵਰ ਹੋ ਕੇ ਆਉਂਦੀਆਂ। ਅਤੇ ਇਹ ਹਮਲਾਵਰ ਪਿਛਲੇ 100-150 ਸਾਲ ਤੋਂ ਇੱਦਾਂ ਹੀ ਚੱਲਦਾ, ਕਿਉਂਕਿ ਜਿਹੜਾ ਪਹਿਲਾ 17ਵੀਂ ਸਦੀ ਸੀ ਉਹਦੇ 'ਚ, ਕਿਉਂਕਿ ਜਿਹੜੇ ਅਸਲੀ ਖਾਲਸੇ ਸੀ ਉਹ ਲੜਦੇ ਰਹੇ, ਉਹਨਾਂ ਨੇ ਕੋਈ ਉਹਨਾਂ ਨੂੰ ਟਾਈਮ ਵੀ ਨਹੀਂ ਸੀਗਾ, ਇੱਧਰ ਧਿਆਨ ਨਹੀਂ ਦਿੱਤਾ। ਅਤੇ ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ, ਉਹਨੇ ਇਹਨਾਂ ਨੂੰ ਜਗੀਰਾਂ ਦੇ ਦਿੱਤੀਆਂ ਅਤੇ ਇਹ ਹੋਰ ਕਾਬਜ਼ ਹੋ ਗਏ। ਫਿਰ ਅੰਗਰੇਜ਼ ਆ ਗਏ, ਅੰਗਰੇਜ਼ਾਂ ਨੇ ਇਹਨਾਂ ਨੂੰ ਹੋਰ ਮਹੰਤਾਂ ਨੂੰ ਤਾਕਤਾਂ ਦੇ ਦਿੱਤੀਆਂ, ਫਿਰ ਉੱਥੇ ਆ ਗਏ, ਫਿਰ ਇਹਨਾਂ ਤੋਂ ਆਜ਼ਾਦ ਕਰਾਏ ਗੁਰਦੁਆਰੇ। ਤਾਂ ਫਿਰ ਸ਼੍ਰੋਮਣੀ ਕਮੇਟੀ ਜਿਹੜੀ ਸਰਕਾਰ ਉਸ ਵੇਲੇ ਅੰਗਰੇਜ਼ਾਂ ਨਾਲ ਵੀ ਰਲੀ ਹੋਈ ਸੀ, ਕਿਉਂਕਿ ਉਹਨਾਂ ਦੇ ਅੰਡਰ ਉਹ ਚੱਲਣੀ ਸੀ। ਬਾਅਦ ਵਿੱਚ ਜਦੋਂ ਇੰਡੀਆ ਆਜ਼ਾਦ ਹੋਇਆ ਤਾਂ ਫਿਰ ਉਹ ਅਕਾਲੀ ਦਲ ਨੇ, ਸ਼੍ਰੋਮਣੀ ਕਮੇਟੀ ਇਹਨਾਂ ਨੇ ਕਬਜ਼ਾ ਕਰ ਲਿਆ ਕਾਂਗਰਸ ਨਾਲ ਰਲ ਕੇ।
ਤੇ ਅੱਜ ਤੱਕ ਇਦਾਂ ਹੀ ਚੱਲੀ ਜਾਂਦਾ। ਤੇ ਇਸ ਕਰਕੇ ਜਿਹੜੀ ਅੱਜ ਦੀ ਸਿੱਖੀ ਆ ਉਹਦੇ ਉੱਤੇ ਜਿਹੜਾ ਬ੍ਰਾਹਮਣਵਾਦ ਦਾ ਪੁਜਾਰੀਵਾਦ ਦਾ ਕਬਜ਼ਾ ਆ ਉਹ ਹੀ ਹੈਗਾ। ਪਹਿਲਾਂ ਤਾਂ ਚੱਲਿਆ ਆਉਂਦਾ, ਈਵਨ ਗੁਰੂਆਂ ਦੇ ਪੀਰੀਅਡ ਤੋਂ ਹੀ ਇਹ ਸਾਈਡ ਬਾਈ ਸਾਈਡ ਚੱਲਦਾ ਸੀ। ਅਤੇ ਗੁਰੂਆਂ ਦੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਫਿਰ ਸਪਸ਼ਟ ਤੌਰ 'ਤੇ ਇਹ ਉਹਨਾਂ ਦਾ ਕਬਜ਼ਾ ਚੱਲਿਆ ਆਉਂਦਾ। ਅਤੇ ਹੁਣ ਉਹ ਕਿੱਦਾਂ ਉਹਨਾਂ ਨੇ ਵਿਰੋਧ ਕੀਤਾ, ਕਿੱਦਾਂ ਗੁਰੂਆਂ ਦੀ ਵਿਚਾਰਧਾਰਾ ਨੂੰ ਖਤਮ ਕੀਤਾ, ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਥੈਂਕ ਯੂ। Subscribe and click the bell icon for the latest updates and notifications.